ਇਹਨੇ ਆਪਣਾ ਅ ਕੀ ਲਾਈਟ ਇੰਤਿਹਾਨ ਹੈ ਜੋ ਤੁਹਾਡੇ ਰਿਜ਼ਲਟ ਉਸ ਤੋਂ 1 ਸਾਲ ਪਹਿਲਾਂ ਆਏ ਨੇ ਔਰ ਅਗਰ ਉਹ ਠੀਕ ਰਿਜ਼ਲਟ ਨਹੀਂ ਉਹਦੇ ਵਿੱਚ ਤੁਸੀਂ ਆਪਣੀ ਯੂਨੀਵਰਸਿਟੀ ਦੇ ਮੁਤਾਬਿਕ ਪਾਸ ਹੋਏ ਹੋ ਫਿਰ ਤੁਹਾਨੂੰ ਐਗਜ਼ਾਮ ਕਰਨ ਦੀ ਲੋੜ ਨਹੀਂ ਹੈ ਅ ਅਗਲੇ 2-3 ਦਿਨ ਦੇ ਵਿੱਚ ਤੁਹਾਨੂੰ ਐਲਾਨ ਹੋ ਜਾਊਗਾ 12ਵੀਂ ਦੁਬਾਰਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 4 ਜੁਲਾਈ ਨੂੰ #askcaptain ਦੇ ਫੇਸਬੁੱਕ ਲਾਈਵ ਦੇ ਵਿੱਚ ਕਈ ਅਹਿਮ ਐਲਾਨ ਕੀਤੇ ਨੇ ਪੰਜਾਬੀਆਂ ਦੇ ਲਈ ਖਾਸ ਕਰਕੇ ਵਿਦਿਆਰਥੀਆਂ ਦੇ ਲਈ ਇੱਕ ਅਹਿਮ ਐਲਾਨ ਕੀਤਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿ ਪੰਜਾਬ ਦੇ ਵਿੱਚ ਕਾਲਜ ਅਤੇ ਯੂਨੀਵਰਸਿਟੀਆਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਪੇਪਰ ਰੱਦ ਕਰ ਦਿੱਤੇ ਗਏ ਨੇ ਹਾਲਾਂਕਿ ਜਿਹੜੇ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਆਨਲਾਈਨ ਐਗਜ਼ਾਮੀਨੇਸ਼ਨ ਲਏ ਜਾ ਰਹੇ ਨੇ ਵਿਦਿਆਰਥੀਆਂ ਦੇ ਉਹਨਾਂ ਨੂੰ ਕੋਈ ਰੋਕ ਨਹੀਂ ਹੋਏਗੀ ਉਹ ਇਸੇ ਤਰ੍ਹਾਂ ਲਏ ਜਾ ਸਕਦੇ ਪਰ ਕੋਵਿਡ-19 ਦੇ ਕਰਕੇ ਮਹਾਮਾਰੀ ਦੇ ਕਰਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਫੈਸਲਾ ਲਿਆ ਹੈ ਕਿ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਪੇਪਰ ਲਏ ਬਿਨਾ ਹੀ ਪ੍ਰਮੋਟ ਕੀਤਾ ਜਾਏਗਾ ਪੰਜਾਬ ਸਰਕਾਰ ਦੇ ਵੱਲੋਂ ਇਸ ਐਲਾਨ ਦੇ ਬਾਰੇ ਡਿਟੇਲ ਹੈ ਜਿਹੜੀ ਉਹ ਜਲਦੀ ਦਿੱਤੀ ਜਾਏਗੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਇਲਸ ਕੋਚਿੰਗ ਸੈਂਟਰ ਨੇ ਜਿਹੜੇ ਉਹਨਾਂ ਦੇ ਬਾਰੇ ਵੀ ਇੱਕ ਜਾਣਕਾਰੀ ਦਿੱਤੀ ਹੈ ਉਹਨਾਂ ਨੂੰ ਕੁਐਸਚਨ ਆਨਸਰ ਦੇ ਵਿੱਚ ਕਿਸੇ ਨੇ ਜਲੰਧਰ ਤੋਂ ਸਵਾਲ ਪੁੱਛਿਆ ਸੀ ਕਿ ਆਇਲਸ ਸੈਂਟਰ ਕਦੋਂ ਖੁਲਣਗੇ ਕੈਪਟਨ ਸਾਹਿਬ ਨੇ ਹੱਥ ਖੜੇ ਕਰ ਦਿੱਤੇ ਨੇ ਕਿ ਆਈਲ ਸੈਂਟਰ ਖੋਲਣਾ ਉਹਨਾਂ ਦੇ ਹੱਥ ਦੇ ਵਿੱਚ ਨਹੀਂ ਹੈ ਕਿਉਂਕਿ ਕੌਮੀ ਤੌਰ ਤੇ ਇਹ ਜਿਹੜੇ ਐਲਾਨ ਕੀਤੇ ਹੋਏ ਨੇ ਕੇਂਦਰ ਸਰਕਾਰ ਦੇ ਵੱਲੋਂ ਕਿ ਕੋਈ ਵੀ ਕੋਚਿੰਗ ਸੈਂਟਰ ਜਾਂ ਟਿਊਸ਼ਨ ਸੈਂਟਰ ਨਹੀਂ ਖੋਲੇ ਜਾ ਸਕਦੇ ਕੋਵਿਡ-19 ਦੀ ਮਹਾਮਾਰੀ ਦੇ ਦੌਰਾਨ ਪ੍ਰਾਈਵੇਟ ਸਕੂਲਾਂ ਦੀ ਫੀਸ ਸੰਬੰਧੀ ਹਾਈ ਕੋਰਟ ਦੇ ਫੈਸਲੇ ਨੂੰ ਅਸੀਂ ਚੁਣੌਤੀ ਦੇਵਾਂਗੇ ਇਹ ਕਹਿਣਾ ਕੈਪਟਨ ਅਮਰਿੰਦਰ ਸਿੰਘ ਦਾ ਕਿ ਅਸੀਂ ਮਾਪਿਆਂ ਦੇ ਨਾਲ ਸਹਿਮਤ ਹਾਂ ਕਿ ਜੇ ਬੱਚੇ ਘਰ ਬੈਠੇ ਹੋਣ ਤਾਂ ਫਿਰ ਫੀਸਾਂ ਕਿਉਂ ਦਿੱਤੀਆਂ ਜਾਣ ਬੱਚੇ ਘਰ ਬੈਠੇ ਨੇ ਆਨਲਾਈਨ ਪੜਾਈ ਕਿਤੇ ਹੋ ਰਹੀ ਹੈ ਕਿਤੇ ਨਹੀਂ ਹੋ ਰਹੀ ਫਿਰ ਫੀਸਾਂ ਕਿਉਂ ਦਿੱਤੀਆਂ ਜਾਣ ਅੰਤਰਰਾਸ਼ਟਰੀ ਉਡਾਣਾਂ ਦੇ ਬਾਰੇ ਖਾਸ ਕਰਕੇ ਪੰਜਾਬੀ ਬਹੁਤ سارے ਸਵਾਲ ਪੁੱਛਦੇ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਵੀ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਹੈ ਕਿ ਅੰਤਰਰਾਸ਼ਟਰੀ ਉਡਾਣਾਂ ਨੇ ਜਿਹੜੀਆਂ ਉਹ ਸਤੰਬਰ ਤੋਂ ਖੁੱਲਣ ਦੀ ਆਸ ਹੈ ਪਰ ਹਾਲੇ ਕੁਝ ਵੀ ਪੱਕਾ ਨਹੀਂ ਹੈ ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਐਲਾਨ ਕੀਤਾ ਹੈ ਕਿ ਸੇਤ ਮੈਕਮੇ ਦੇ ਵਿੱਚ ਜਲਦ ਭਰਤੀਆਂ ਕੀਤੀਆਂ ਜਾਣਗੀਆਂ ਫਤਿਹ ਮਿਸ਼ਨ ਦੇ ਬਾਰੇ ਕਿਹਾ ਹੈ ਕਿ ਜੇ ਸਾਰੇ ਪੰਜਾਬੀ ਫਤਿਹ ਮਿਸ਼ਨ ਦੇ ਵਿੱਚ ਸਾਥ ਦੇਣ ਤਾਂ ਆਪਣੇ ਆਪ ਕਰੋਨਾ ਵਾਇਰਸ ਪੰਜਾਬ ਦੇ ਵਿਚੋਂ ਖਤਮ ਹੋ ਜਾਏਗਾ ਕੇਂਦਰ ਵੱਲੋਂ ਪਾਸ ਕੀਤੇ ਗਏ ਤਿੰਨ ਜਿਹੜੇ ਕਿਸਾਨੀ ਦੇ ਲਈ ਆਰਡੀਨੈਂਸ ਨੇ ਉਹਨਾਂ ਨੂੰ 100% ਦੀ ਕਿਸਾਨੀ ਦੇ ਖਿਲਾਫ ਦੱਸਿਆ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀਆਂ ਨੂੰ ਪੰਜਾਬੀ ਸਵਾਲ ਪੁੱਛਣ ਕਿ ਤੁਸੀਂ ਸਿਆਸਤ ਕਿਉਂ ਕਰ ਰਹੇ ਹੋ ਇੱਕ ਪਾਸੇ ਤੁਸੀਂ ਵਿਰੋਧਤਾ ਕਰ ਰਹੇ ਹੋ ਕਿਤੇ ਤੁਸੀਂ ਹਮਾਇਤ ਨਹੀਂ ਕਰ ਰਹੇ ਕੈਬਨਟ ਦੇ ਵਿੱਚ ਤੁਹਾਡੀ ਬੀਬੀ ਹਰਸਿਮਰਤ कौर ਬਾਦਲ ਬੈਠੀ ਹੈ ਤਾਂ ਉਹ ਇਸ ਆਰਡੀਨੈਂਸ ਨੂੰ ਕਾਨੂੰਨ ਬਣਨ ਤੋਂ ਰੋਕ ਸਕਦੀ ਹੈ ਕੈਪਟਨ ਅਮਰਿੰਦਰ ਸਿੰਘ ਨੇ ਇਲਜ਼ਾਮ ਲਾਇਆ ਕਿ ਕੇਂਦਰ ਨੇ ਪੰਜਾਬ ਸੂਬੇ ਦੇ ਕਿਸਾਨੀ ਨੂੰ ਨਿਚੋੜ ਕੇ ਹੁਣ ਪਰੇ ਸੁੱਟ ਦਿੱਤਾ ਹੈ ਕੋਈ ਇਸ ਦਾ ਜਿਹੜਾ ਅਤਾ ਪਤਾ ਹੈ ਉਹ ਨਹੀਂ ਲਿਆ ਲਿਆ ਜਾ ਰਿਹਾ ਕੈਪਟਨ ਅਮਰਿੰਦਰ ਸਿੰਘ ਨੇ ਦਾਵਾ ਕੀਤਾ ਹੈ ਕਿ ਸੂਬਾ ਸਰਕਾਰ ਕੋਲ 248 ਐਂਬੂਲੈਂਸਾਂ ਹੈਗੀਆਂ ਨੇ ਤੇ 60 ਜਿਹੜੀਆਂ ਹੋਰ ਨੇ ਆਉਣ ਵਾਲੇ 15 ਦਿਨਾਂ ਦੇ ਵਿੱਚ ਆ ਜਾਣਗੀਆਂ ਤੇ ਚਾਰ ਹੋਰ ਐਂਬੂਲੈਂਸਾਂ ਅਗਲੇ ਦਿਨਾਂ ਦੇ ਵਿੱਚ ਆ ਜਾਣਗੀਆਂ ਇਸ ਸਾਲ ਦੇ ਅੰਤ ਤੱਕ 400 ਐਂਬੂਲੈਂਸਾਂ ਪੰਜਾਬ ਦੇ ਕੋਲ ਹੋਣਗੀਆਂ ਪੰਜਾਬ ਦੇ ਵਿੱਚ 750 ਖੇਡ ਸਟੇਡੀਅਮ ਬਣਾਉਣ ਦਾ ਐਲਾਨ ਕਿਤਾ ਹੈ ਹਰ ਬਲਾਕ ਦੇ ਵਿੱਚ 5 ਵੱਡੇ ਸਟੇਡੀਅਮ ਬਣਾਏ ਜਾਣਗੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਲਾਈਵ ਸੈਸ਼ਨ ਦੇ ਵਿੱਚ ਉਹਨਾਂ ਜਿਮ ਮਾਲਕਾਂ ਦੇ ਲਈ ਕੋਈ ਐਲਾਨ ਨਹੀਂ ਕੀਤਾ ਹੈ ਜਿਹੜੇ ਪਿਛਲੇ ਕਈ ਦਿਨਾਂ ਤੋਂ ਵਿਰੋਧ ਕਰ ਰਹੇ ਨੇ ਤੇ ਮੰਗ ਕਰ ਰਹੇ ਨੇ ਕਿ ਜੇ ਪੰਜਾਬ ਦੇ ਵਿੱਚ ਸ਼ਰਾਬ ਦੇ ਠੇਕੇ ਖੁੱਲ ਸਕਦੇ ਨੇ ਤਾਂ ਫਿਰ ਨੌਜਵਾਨਾਂ ਦੀ ਸਿਹਤ ਨੂੰ ਚੰਗਾ ਬਣਾਉਣ ਦੇ ਲਈ ਜਿਮ ਕਿਉਂ ਨਹੀਂ ਖੁੱਲ ਸਕਦੇ ਜਦੋਂ ਕਿ ਅਸੀਂ ਸੋਸ਼ਲ ਡਿਸਟੈਂਸਿੰਗ ਦੇ ਨਾਲ ਸਾਰੇ ਨਿਯਮਾਂ ਦੀ ਪਾਲਣਾ ਕਰਨ ਦੇ ਨਾਲ ਜਿਮ ਖੋਲਣ ਨੂੰ ਤਿਆਰ ਹੈਗੇ ਹਾਂ ਹੋਰ ਕੀ ਕੁਝ ਕਿਹਾ ਹੈ ਕੈਪਟਨ ਅਮਰਿੰਦਰ ਸਿੰਘ ਨੇ ਉਹ ਸਾਰਾ ਤੁਸੀਂ ਅੱਗੇ ਸੁਣ ਸਕਦੇ ਹੋ ਕਰੋਨਾ ਜੋ ਵਾਇਰਸ ਹੈ ਉਹਦੇ ਬਾਰੇ ਆਪਾਂ ਸਾਰੇ ਜੋ ਤੁਸੀਂ ਜਾਨਣਾ ਚਾਹੁੰਦੇ ਹੋਗੇ ਕਿ ਪੰਜਾਬ ਦੇ ਵਿੱਚ ਕੀ ਹੋ ਰਿਹਾ ਹੁਣ ਤੁਸੀਂ ਦੁਨੀਆ ਦੇਸ਼ ਦਾ ਦੁਨੀਆ ਦਾ ਤਾਂ ਸਭ ਕੁਝ ਦੇਖ ਹੀ ਰਹੇ ਨੇ ਟੈਲੀਵਿਜ਼ਨ ਤੇ ਕਿ ਅਮਰੀਕਾ ਦੇ ਵਿੱਚ ਕਿਸ ਕਿਸਮ ਦਾ ਹਾਲ ਹੈ ਯੂਕੇ ਦੇ ਵਿੱਚ ਯੂਰਪ ਸਾਰੇ ਕਿਤੇ ਕੀ ਕੁਝ ਫੈਲਿਆ ਪੂਰਾ ਹਿੰਦੁਸਤਾਨ ਜਿਸ ਤਰੀਕੇ ਨਾਲ ਫੈਲ ਰਿਹਾ ਤੇਜ਼ੀ ਨਾਲ ਜਾ ਰਿਹਾ ਹੈ ਔਰ ਸਾਡੇ ਕਈ ਸੂਬੇ ਨੇ ਜਿਹੜੇ ਬਹੁਤ ਬੁਰੀ ਤਰ੍ਹਾਂ ਉਹਨਾਂ ਤੇ ਅਸਰ ਪੈ ਰਿਹਾ ਜੈਸੇ ਤਾਮਿਲਨਾਡੂ ਹੈ ਸਭਾਰਾਸ਼ਟra ਹੈ ਸਾਡਾ ਦਿੱਲੀ ਹੈ ਇਹਦੇ ਵਿੱਚ ਬਹੁਤ ਅਜੇ ਆંકੜੇ ਦਿੱਲੀ ਦੇ 80000 ਦੇ ਕਰੀਬ ਕੇਸ ਨੇ ਸਾਡੇ तकरीबन 6000 ਦੇ ਕਰੀਬ ਹੋਏ ਨੇ ਲੇਕਿਨ ਇਸ ਕਿਸਮ ਦਾ ਇਹ ਇਹ ਬਿਮਾਰੀ ਜਿਹੜੀ ਫੈਲ ਰਹੀ ਹੈ ਉਹਦਾ ਕਈ ਵਾਰ ਤੁਹਾਡੇ ਨਾਲ ਗੱਲ ਹੋਈਆਂ ਨੇ ਕਿ ਇਹਦੇ ਤਾਂ ਪਤਾ ਹੀ ਨਹੀਂ ਲੱਗਦਾ ਕਿ ਕੀ ਬਿਮਾਰੀ ਹੈ ਕਿੱਥੋਂ ਆਈ ਕਿਵੇਂ ਗਈ ਔਰ ਕਦੋਂ ਮੁੱਕੂਗੀ ਔਰ ਕਿਸ ਤਰੀਕੇ ਨਾਲ ਮੁੱਕੂ ਤਾਂ ਆਪਾਂ ਨੂੰ ਉਦੋਂ ਤਾਈਂ ਜਦੋਂ ਤਾਈਂ ਕੋਈ ਦਵਾਈਆਂ ਨਹੀਂ ਨਿਕਲਦੀਆਂ ਕੋਈ ਵੈਕਸੀਨ ਨਹੀਂ ਨਿਕਲਦਾ ਆਪਾਂ ਨੂੰ ਆਪਣਾ ਪ੍ਰਬੰਧ ਕਰਨਾ ਪਊਗਾ ਕਿ ਸਾਡੇ ਪੰਜਾਬ ਦੇ ਵਿੱਚ ਇਹ ਬਿਮਾਰੀ ਨਾ ਆਏ ਇੱਕ ਵਾਰ ਬਿਮਾਰੀ ਆ ਜੇ ਫਿਰ ਉਹਨੂੰ ਕੱਢਣਾ ਬੜਾ ਔਖਾ ਹੋ ਜਾਂਦਾ ਹੈ ਔਰ ਜਦੋਂ ਦਵਾਈਆਂ ਬਣ ਜਾਣ ਗਿਆ ਵੈਕਸੀਨ ਬਣ ਜਾਣਗੀ ਫਿਰ ਹੋਰ ਗੱਲ ਹੁੰਦੀ ਹੈ ਫਿਰ ਤਾਂ ਜ਼ੁਖਾਮ ਹੁੰਦੇ ਨੇ ਮਲੇਰੀਆ ਹੋ ਜਾਂਦਾ ਔਰ ਚੀਜ਼ਾਂ ਹੋ ਜਾਂਦੀਆਂ ਕੋਈ ਇਲਾਜ ਤਾਂ ਹੈ ਪਰ ਇਹਦੇ ਵਾਸਤੇ ਕੋਈ ਇਲਾਜ ਹੀ ਨਹੀਂ ਹਾਲੇ ਇਸ ਕਰਕੇ ਆਪਾਂ ਨੂੰ ਆਪਣਾ ਪਹਚਾਉ ਕਰਨਾ ਪਊ ਤੁਸੀਂ ਮੈਂ ਬਾਰ ਬਾਰ ਕਹਿੰਦਾ ਤੁਹਾਨੂੰ ਕਿ ਤੁਸੀਂ ਇਹਨਾਂ ਜ਼ਰੂਰ ਧਿਆਨ ਰੱਖੋ ਆਪਣਾ ਜੋ ਡਾਕਟਰ ਤੁਹਾਨੂੰ ਦੱਸਦੇ ਨੇ ਸੋਸ਼ਲ ਡਿਸਟੈਂਸਿੰਗ ਰੱਖੋ ਆਪਣੇ ਹੱਥ ਚੰਗੀ ਤਰ੍ਹਾਂ ਤੋ ਤੋਇਆ ਕਰੋ ਔਰ ਸਭ ਤੋਂ ਜ਼ਰੂਰੀ ਜਿਹੜਾ ਹੈ ਕਿ ਤੁਸੀਂ ਮਾਸਕ ਪਾਓ ਮਾਸਕ ਬਹੁਤ ਜ਼ਰੂਰੀ ਨੇ ਔਰ ਦੁਨੀਆ ਦੇ ਮਹਾਰ ਜਿਹੜੇ ਇਸ ਦੇ ਬਾਰੇ ਕੁਝ ਸਮਝਣ ਲੱਗੇ ਉਹ ਕਹਿੰਦੇ ਨੇ 75% 75% ਦੀ ਆਪਣੀ ਬਿਮਾਰੀ ਰੋਕ ਸਕਦੀ ਹੈ ਅਗਰ ਆਪਾਂ ਮਾਸਕ ਪਾਉਣੇ ਆ ਔਰ ਫਿਰ ਇਹ ਜੇ ਹਾਲਾਤ ਬਣ ਜਾਂਦੇ ਨੇ ਕਿ ਕਈ ਬੱਚੇ ਕਈ ਹੋਰ ਲੋਗ ਬਗੈਰ ਮਾਸਕ ਰੋਜ਼ ਚਲਾਨ ਹੋ ਰਹੇ ਨੇ ਪੁਲਿਸ ਦੇ तकरीबन 4 ਔਰ 5000 ਦੇ ਦਰਮਿਆਨ 4 ਚਲਾਨ ਹੋ ਰਹੇ ਨੇ ਜਿਹੜੇ ਮਾਸਕ ਨਹੀਂ ਪਾਉਂਦੇ ਕਈ ਕਈ ਸੜਕਾਂ ਦੇ ਉੱਪਰ ਥੁੱਕ ਦਿੰਦੇ ਨੇ ਜਦੋਂ ਤੁਹਾਨੂੰ ਪਤਾ ਹੈ ਕਿ ਇਹ ਥੁੱਕ ਜਿਹਨੂੰ ਸਪੂਟਮ ਕਹਿੰਦੇ ਆ ਸਭ ਤੋਂ ਜ਼ਿਆਦਾ ਬਿਮਾਰੀ ਇਹ ਹੀ ਫੈਲਾਉਂਦਾ ਹੈ ਇਹ ਚੀਜ਼ਾਂ ਜਿਹੜੀਆਂ ਹੋਣੀਆਂ ਨੇ ਸਾਡੀ ਜ਼ਿੰਮੇਵਾਰੀ ਆਪਾਂ ਸਮਝੀ ਆਪਣੀ ਆਪਣੇ ਟੱਬਰ ਨੂੰ ਬਚਾਉਣਾ ਹੈ ਆਪਣੇ ਆਪ ਨੂੰ ਬਚਾਉਣਾ ਹੈ ਆਪਣੇ ਸਾਰੇ ਗਵਾਂਡੀਆਂ ਨੂੰ ਬਚਾਉਣਾ ਹੈ ਤੁਸੀਂ ਆਪਣੇ ਸ਼ਹਿਰ ਨੂੰ ਬਚਾਉਣਾ ਹੈ ਆਪਣੇ ਪਿੰਡ ਨੂੰ ਬਚਾਉਣਾ ਹੈ ਉਹ ਤੁਹਾਡੇ ਵਾਸਤੇ ਹੋਰ ਕੋਈ ਰਾਹ ਨਹੀਂ ਆਹੀ ਤਰੀਕਾ ਹੈ ਔਰ ਮੈਨੂੰ ਖੁਸ਼ੀ ਹੈ ਕਿ ਬਹੁਤ ਪੰਜਾਬ ਦਾ ਇਹ ਗੱਲਾਂ ਸਮਝਣ ਲੱਗ ਗਿਆ ਕਿਉਂਕਿ ਜੇ ਆંકੜੇ ਸਾਨੂੰ ਦੱਸ ਰਹੇ ਨੇ ਹੁਣ ਹਰਿਆਣੇ ਦੇ ਵਿੱਚ 7 ਤਿੱਗਣੀ ਇਹ ਅਜ ਕੇਸ ਨੇ ਦਿੱਲੀ ਚ ਕਈ ਗੁਣਾ ਉਹ 80000 5000 ਉਹ ਇਸ ਕਿਸਮ ਦੇ ਕੇਸ ਨਹੀਂ ਕਿਉਂਕਿ ਪੰਜਾਬ ਦੇ ਵਿੱਚ ਸ਼ੁਰੂ ਤੋਂ ਹੀ ਅਸੀਂ ਲੌਕਡਾਊਨ اور ਕਰਫਿਊ ਕਰਤਾ ਸੀ اور ਇਹ ਗੱਲ ਅਜਬ ਤਾਈਂ ਅਸੀਂ ਕੰਟਰੋਲ ਰੱਖ ਰਿਹਾ ਹਾਂ ਸਾਡੇ 153 ਨਵੇਂ ਕੇਸ ਨੇ ਲੇਕਿਨ ਰਿਕਵਰੀ ਸਾਡੀ 72% ਹੈ 153 ਕੇਸ ਅੰਦਰ ਆਏ ਨਵੇਂ ਕੇਸ ਬਣੇ ਨੇ ਔਰ 155 ਅਸੀਂ ਜਿਹੜੇ ਹਸਪਤਾਲਾਂ ਦੇ ਵਿੱਚ ਸੇ ਉਹਨਾਂ ਉਹ ਰਾਜੀ ਹੋ ਕੇ ਵਾਪਸ ਆਪਣੇ ਘਰਾਂ ਚਲੇ ਗਏ ਤਾਂ ਤਕਰੀਬਨ ਬਰਾਬਰ ਜਾਂ ਘੱਟ ਚਲੇ ਗਿਆ ਇਸ ਚ ਇੱਕ ਅਫਸੋਸ ਹੈ ਕਿ ਸਾਡੇ ਪੰਜ ਬੰਦਿਆਂ ਦੀ ਮੌਤ ਹੋਈ ਹੈ ਇਹ ਬੜੀ ਭਾਰੀ ਨੇ ਜਦੋਂ ਮੈਂ ਪਹਿਲਾ ਜਦੋਂ ਕਾਗਜ਼ ਆਉਂਦੇ ਮੈਂ ਪਹਿਲੇ ਇਹੀ ਅੰਕੜੇ ਦੇਖਦਾ ਹੁੰਨਾ ਕਿ ਸਾਡੇ ਕਿੰਨੇ ਪੰਜਾਬੀ ਚਲੇ ਗਏ ਇਸ ਬਿਮਾਰੀ ਚ ਟੋਟਲ ਹੁਣ ਤਾਈ 157 ਹੋ ਗਏ ਨੇ ਉਹਦੇ ਵਿੱਚੋਂ ਪੰਜ ਅੱਜ ਅੱਜ ਦੇ ਦਿਨ ਹੋਣਾ ਜੀ ਮੌਤ ਹੋਈ ਹੈ ਬੜਾ ਅਫਸੋਸ ਹੈ ਮੈਨੂੰ ਪਰ ਇਸ ਤੋਂ ਇਲਾਵਾ 34 ਬੰਦੇ ਸਾਡੇ ਆਕਸੀਜਨ ਤੇ ਡਿਪੈਂਡੈਂਟ ਨੇ ਔਰ ਤਿੰਨੇ ਨੇ ਜੋ ਵੈਂਟિલેਟਰ ਸਪੋਰਟ ਲੈਣੇ ਨੇ ਮਾੜਾ ਤਾਂ ਇੱਕ ਬੰਦਾ ਵੀ ਜਾਵੇ ਇੱਕ ਬੰਦਾ ਬਿਮਾਰ ਵੀ ਹੋਵੇ ਉਹ ਮਾੜਾ ਸਾਰਿਆਂ ਨੂੰ ਲੱਗਦਾ ਹੈ ਮੈਨੂੰ ਲੱਗਦਾ ਹੈ ਲੇਕਿਨ ਕੀ ਕਰੀਏ ਇਹ ਸਾਰਾ ਹੁਣ ਸਾਡੇ ਬਸ ਤੋਂ ਬਾਹਰ ਹੈ ਹੁਣ ਤਾਂ ਆਪਾਂ ਸਿਰਫ ਕੰਟਰੋਲ ਹੀ ਰੱਖ ਸਕਦੇ ਹਾਂ ਔਰ ਮੈਨੂੰ ਖੁਸ਼ੀ ਹੈ ਕਿਉਂਕਿ ਇਹਦੇ ਵਿੱਚ ਜਿਹੜੇ ਮੈਨੂੰ ਸਵਾਲ ਵੀ ਆਜਾਏ ਨੇ ਇੱਕ ਬੰਦੇ ਨੇ ਮੈਨੂੰ ਦੱਸਿਆ ਕਿ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੇਰੇ सरपंच साहब मेरे ਕੋਲ ਆਏ ਨੇ ਸਾਡੇ ਘਰ 'ਚ ਔਰ ਸਾਨੂੰ मिशन ਫਤਿਹ ਦੇ ਬਾਰੇ ਦੱਸਿਆ ਜੋ ਸੀ ਇਸ ਪ੍ਰੋਗਰਾਮ ਦੇ ਦੇ ਇਸ ਕੋਵਿਡ ਦੀ ਲੜਾਈ ਦੇ ਵਿੱਚ ਉਹਨਾਂ ਨੇ ਨਾਮ ਮਿਸ਼ਨ ਫਤਿਹ ਰੱਖਿਆ ਔਰ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਨੇ ਕਿ ਸਾਰਾ ਪਰਿਵਾਰ ਹੀ ਜੋ ਸਰਪੰਚ ਸਾਹਿਬ ਸਾਨੂੰ ਕਰਕੇ ਦੱਸ ਕੇ ਜਾਣੇ ਅਸੀਂ ਉਹ ਮਨਾ ਰਹੇ ਹਾਂ ਉਹਨਾਂ ਨੂੰ ਅਗਰ ਸਾਰਾ ਪੰਜਾਬ ਇਹ ਮਨਾਉਣ ਲੱਗ ਜਾਏ ਨਾ ਤਾਂ ਕੋਈ ਕੋਵਿਡ ਹੀ ਨਾ ਰਹੂਗਾ ਇੱਥੇ ਪੰਜਾਬ ਦੇ ਵਿੱਚ ਤਾਂ ਹੀ ਮੈਨੂੰ ਹਰ ਵੇਲੇ ਬੇਨਤੀ ਕਰਦਾ ਤੁਹਾਨੂੰ ਕਿ ਤੁਸੀਂ ਪਲੀਜ਼ ਡਾਕਟਰ ਜੋ ਦੱਸਦੇ ਨੇ ਔਰ ਜੋ ਟੈਲੀਵਿਜ਼ਨ ਤੇ ਤੁਸੀਂ ਦੱਸਦੇ ਹੋ ਹਫਤੇ ਬਾਾਰ ਮੈਂ ਤੁਹਾਨੂੰ ਦੱਸਦਾ ਇਹ ਮਨਾਉ ਤੇ ਗਣਾ ਕਰੋ ਤੁਸੀਂ ਔਰ ਆਪਾਂ ਆਪਣੇ ਪੰਜਾਬ ਨੂੰ ਬਚਾਈਏ ਇੱਕ ਮੈਂ ਹੋਰ ਕੁਝ ਦੱਸਣਾ ਚਾਹੁੰਨੇ ਖਾਸ ਕਰਕੇ ਬੱਚਿਆਂ ਨੂੰ ਮੈਂ ਸੋਸ਼ਲ ਮੀਡੀਆ ਤੇ ਬਹੁਤ ਦੇਖਦਾ ਹਾਂ ਅਖਬਾਰਾਂ 'ਚ ਵੀ ਉਹਨਾਂ ਦੇ ਕਿ ਸਾਡੇ ਇਮਤਿਹਾਨ ਸਾਡੇ ਬੰਦ ਕੀਤੇ ਜਾਣ ਕਿਉਂਕਿ ਪੜਾਈ ਨਹੀਂ ਹੋਈ ਸਾਡੀ ਔਰ ਹੋਰ ਕਈ ਸਟੇਟਾਂ ਦੇ ਵਿੱਚ ਹੋਇਆ ਹੈ ਔਰ ਮੈਂ ਉਹਨਾਂ ਨੂੰ ਬਾਰ-ਬਾਰ ਕਹਿੰਦਾ ਸੀ ਕਿ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਇਹ ਫੈਸਲਾ ਕਰਨਾ ਹੈ UGC ਨੇ ਲੇਕਿਨ ਅੱਜ ਮੈਨੂੰ ਖੁਸ਼ੀ ਹੁੰਦੀ ਹੈ ਇਹ ਦੱਸਦੇ ਕਿ ਅ ਬਾਕੀ ਆંકੜੇ ਤਾਂ ਸਾਰਾ ਸਾਰੇ ਪ੍ਰੋਗਰਾਮ ਸਭ ਕੁਝ ਤੱਥ ਉਹਨੂੰ ਜਦ ਸਾਡੀ ਗਰਮਨਤਾ ਆਲਾਨ ਆਫੀਸ਼ੀਅਲੀ ਹੋਊਗਾ ਕੱਲ ਨੂੰ ਉਹ ਆਊ ਆਊਗਾ ਤੁਹਾਡੇ ਅਖਬਾਰਾਂ ਦੇ ਵਿੱਚ ਔਰ ਤੁਹਾਡੇ ਆਪਣੇ ਯੂਨੀਵਰਸਿਟੀ ਦੇ ਵਿੱਚ ਤੁਸੀਂ ਉਹਨਾਂ ਤੋਂ ਸਾਰੀਆਂ ਗੱਲਾਂ ਮੰਨ ਲਓ ਲੇਕਿਨ ਅਸੀਂ ਅ ਐਨਾ ਮੈਂ ਤੁਹਾਨੂੰ ਦੱਸ ਸਕਦਾ ਕਿ ਜਿਹੜਿਆਂ ਨੂੰ ਜਿਹੜਿਆਂ ਨੇ ਆਪਣਾ ਅ ਕੀ ਲਾਈਟ ਇਮਤਿਹਾਨ ਹੈ ਜੋ ਤੁਹਾਡੇ ਰਿਜ਼ਲਟ ਉਸ ਤੋਂ 1 ਸਾਲ ਪਹਿਲਾਂ ਆਏ ਨੇ ਔਰ ਉਹ ਗਰ ਉਹ ਠੀਕ ਰਿਜ਼ਲਟ ਨਹੀਂ ਉਹਦੇ ਵਿੱਚ ਤੁਸੀਂ ਆਪਣੀ ਯੂਨੀਵਰਸਿਟੀ ਦੇ ਮੁਤਾਬਿਕ ਪਾਸ ਹੋਏ ਹੋ ਫਿਰ ਤੁਹਾਨੂੰ ਐਗਜ਼ਾਮ ਕਰਨ ਦੀ ਲੋੜ ਨਹੀਂ ਹੈ ਇਹ ਅਸੀਂ ਕਾਲਜਸ ਯੂਨੀਵਰਸਿਟੀ ਦੇ ਵਿੱਚ ਇਹ ਹੋਇਆ 30वीं ਜਮਾਤ ਅਸੀਂ ਪਹਿਲਾਂ ਹੀ ਅਨਾਉਂਸ ਕਰ ਚੁੱਕੇ ਜਿਹੜੀ 12ਵੀਂ ਜਮਾਤ ਹੈ ਉਹਦੇ ਵਿੱਚ ਹੁਣ ਅਸੀਂ ਐਕਸਪੈਕਟ ਕਰਦੇ ਹਾਂ ਕਿ ਬੜੀ ਜਲਦੀ ਹੋ ਗਵਰਨਮੈਂਟ ਸਾਨੂੰ ਦੱਸੇਗੀ ਇਹਦੇ ਬਾਰੇ ਔਰ ਅਗਲੇ 2-3 ਦਿਨਾਂ ਚ ਤੁਹਾਨੂੰ ਐਲਾਨ ਹੋ ਜਾਊਗਾ ਬਾਰਵੀਂ ਦੇ ਬਾਰੇ ਲੇਕਿਨ ਜਿੱਥੇ ਤਾਂ ਯੂਨੀਵਰਸਿਟੀਆਂ ਹੈ ਯੂਨੀਵਰਸਿਟੀਆਂ ਦਾ ਮੈਂ ਤੁਹਾਨੂੰ ਦੱਸ ਚੁੱਕਾ ਹਾਂ ਉਹ ਯੂਨੀਵਰਸਿਟੀਆਂ ਵੀ ਤੁਹਾਨੂੰ ਦੱਸਣਗੇ ਜੋ ਕੁਝ ਸਾਡਾ ਫੈਸਲਾ ਹੋਇਆ ਹੈ ਔਰ ਸਾਡੀ ਆਪਣੀ ਸਰਕਾਰ ਦਾ ਜਿਹੜਾ ਹਾਈਰ ਐਜੂਕੇਸ਼ਨ ਵਿਭਾਗ ਹੈ ਉਹ ਤੁਹਾਨੂੰ ਕੱਲ ਤਾਈਂ ਇਹ ਸਾਰਾ ਐਲਾਨ ਅਖਬਾਰਾਂ ਦੇ ਵਿੱਚ ਆ ਜਾਣਾ ਹੈ ਤੋ ਤੁਸੀਂ ਹੁਣ ਪੜੋ ਇਹਦਾ ਮਤਲਬ ਇਹ ਨਹੀਂ ਕਿ ਘਰ ਬੈ ਕੇ ਤੁਸੀਂ ਕੁਝ ਨਾ ਕਰੋ ਪੜੋ ਕਿਉਂਕਿ ਅੱਗੇ ਤੁਸੀਂ ਆਪਣੀ ਜ਼ਿੰਦਗੀ ਬਣਾਉਣੀ ਹੈ ਤਾਂ ਤੁਸੀਂ ਬੀਏ ਡਿਗਰੀ ਲੈ ਲਓ ਜਾਂ ਐਮਏ ਡਿਗਰੀ ਲੈ ਲਓ ਇਸ ਤਰੀਕੇ ਨਾਲ ਲੇਕਿਨ ਪੜੋ ਅੱਗੇ ਵਾਸਤੇ ਤਾਂ ਕਿ ਤੁਸੀਂ ਆਪਣੀ ਕੁਝ ਬਣਾ ਸਕੋ ਆਪਣੇ ਬਾਰੇ ਆਪਣੀ ਜ਼ਿੰਦਗੀ ਬਾਰੇ ਇੱਕ ਗੱਲ ਜੋ ਮੈਂ ਤੁਹਾਡੇ ਨਾਲ ਕਰਨਾ ਚਾਹੁੰਦਾ ਸੀ ਉਹ ਹੈ ਇਹ ਜਿਹੜਾ ਟਿੱਡੀ ਦਾਲ ਹੁਣ ਘੁੰਮ ਰਿਹਾ ਇੱਥੇ ਉਹ ਬੜੇ ਸਾਲਾਂ ਤੋਂ ਤਾਂ ਨਹੀਂ ਆਇਆ ਲੇਕਿਨ ਹੁਣ ਫੇਰ ਆਪਣੇ ਇਧਰ ਆਇਆ ਮੇਰਾ ਕੈਨ ਆਫਰੀਕਾ ਤੋਂ ਆਉਂਦਾ ਹੈ ਫਿਰ ਆਫਰੀਕਾ ਤੋਂ ਪਾਕਿਸਤਾਨ ਪਾਕਿਸਤਾਨ ਤੋਂ ਇਧਰ ਔਰ 100 100 ਮੀਲ ਕਿਲੋਮੀਟਰ ਲੰਬੀ ਡਾਰਾ ਨੇ ਔਰ ਜਿੱਥੇ ਵਹਦੇ ਨੇ ਇੱਕ ਬਾਾਰ ਔਰ ਤਬਾਹ ਕਰਕੇ ਜਾਂਦੇ ਨੇ ਪਹਿਲਾ ਆਏ ਰਾਜਸਥਾਨ ਤੋਂ ਰਾਜਸਥਾਨ ਤੋਂ ਗਏ ਯੂਪੀ ਯੂਪੀ ਤੋਂ ਮਧਿਆਪ੍ਰਦੇਸ਼ ਔਰ ਹੁਣ ਉਹ ਤੋਂ ਰਾਜਸਥਾਨ ਉਧਰ ਹੀ ਘੁੰਮਰੇ ਨੇ ਤੇ ਉਦੋਂ ਮੈਨੂੰ ਡਰ ਸੀ ਕਿ ਇਧਰ ਸ਼ਾਇਦ ਪੰਜਾਬ ਦੇ ਵਿੱਚ ਆ ਜਾਣ ਤੋ ਮੈਂ ਗਵਰਨਮੈਂਟ ਆਫ ਇੰਡੀਆ ਨੂੰ ਲਿਖਿਆ ਸੀ ਕਿ ਤੁਸੀਂ ਹੈਲੀਕਾਪਟਰ ਦੀ ਇਜਾਜ਼ਤ ਦਿਓ ਜਿਹੜੇ ਹੈਲੀਕਾਪਟਰ ਦੇ ਵਿੱਚ ਜਾ ਕੇ ਉਹਨਾਂ ਦੇ ਵਿੱਚੋਂ ਛੜਕਾਓ ਕਰਨ ਔਰ ਉਹਨਾਂ ਨੂੰ ਮਾਰ ਦੇਣ ਔਰ ਉਹਨਾਂ ਨੇ ਮੇਰੇ ਖਦ ਮੰਨ ਨਹੀਂ ਗੱਲ ਕਿਉਂਕਿ ਇੱਕ ਮਿਲਟਰੀ ਹੈਲੀਕਾਪਟਰ ਐਮ ਆਈ 17 ਹੈ ਚੰਡੀਗੜ੍ਹ ਤੋਂ ਉਸ ਨੂੰ ਉਹਦੀ ਤਿਆਰੀ ਕੀਤੀ ਹੋਈ ਹੈ ਕਿ ਜਦੋਂ ਦਲਾ ਆਏ ਇਹ ਇਸ ਵੇਲੇ ਰਾਜਸਥਾਨ ਦੇ ਏਰੀਆ ਚ ਫੇਰ ਬੜਨ ਲੱਗ ਗਿਆ ਸ਼ਹਿਰ ਉੱਥੇ ਭੇਜਦੇ ਨੇ ਤਾਂ ਕਿ ਇਹਦਰ ਆਏ ਹੀ ਨਾ ਉਧਰ ਹੀ ਜਾ ਕੇ ਉਹਨੂੰ ਉੱਥੇ ਖਤਮ ਕਰ ਦੇਣ ਔਰ ਉਹ ਗਵਰਨਮੈਂਟ ਆਂਡ ਇੰਡੀਆ ਨੇ ਸਾਢੇ ਗੱਲ ਮੰਨ ਲਈ ਹੈ ਔਰ ਇਹ ਹੈਲੀਕਾਪਟਰ ਦੀ ਤਿਆਰੀ ਹੋ ਗਈ ਹੈ ਸੇ ਚੰਡੀਗੜ੍ਹ ਸੇ ਔਰ ਇਹ ਹੁਣ ਜਾਣਗੇ ਜਦ ਜਦ ਦਰ ਦਰ ਦਲ ਮਧਿਆਪਦੇਸ਼ ਵਿੱਚ ਨਾ ਆਪਣੇ ਰਾਜਸਥਾਨ ਵਿਚ ਆ ਦੇ ਉਥੇ ਪੂਰਾ ਕਰਨਗੇ ਤਾਂ ਇੱਕ ਤਾਂ ਇਹ ਹੈ ਦੂਸਰੀ ਗੱਲ ਮੈਨੂੰ ਕਈ ਸਾਡੇ ਫੌਜੀ ਜਿਹੜੇ ਵੀਰ ਨੇ ਮੇਰੇ ਉਹਨਾਂ ਨੇ ਮੈਨੂੰ ਲਿਖਿਆ ਹੈ ਕਿ ਜਿਹੜੇ ਐਕਸਰਸਮੈਂਟ ਪੀਐਸ PCS एग्जामिनेशन ਕਰਨਾ ਚਾਹੁੰਦੇ ਨੇ ਉਹਨਾਂ ਨੂੰ ਸਿਰਫ ਚਾਰ ਬਾਰ ਇਹਨਾਂ ਦੀ ਆਜ਼ਾਦਤ ਹੈ ਕਿ ਚਾਰ ਬਾਰ ਤੁਸੀਂ ਅਟੈਂਪ ਕਰ ਸਕਦੇ ਹੋ ਕੋਸ਼ਿਸ਼ ਇਹ ਪਾਸ ਹੋਣ ਦੀ ਔਰ ਅਸੀਂ ਇਸ ਇਹ ਚਾਰ ਬਾਰ ਤਾਂ ਬਹੁਤ ਘੱਟ ਹੈ ਅਸੀਂ ਇਹ ਜ਼ਿਆਦਾ ਚਾਹੁੰਦੇ ਹਾਂ ਤਾਂ ਖੁਸ਼ੀ ਹੈ ਮੈਨੂੰ ਕਿ ਸਾਨੂੰ ਹੁਣ ਜਨਰਲ ਕੈਟਾਗਰੀ ਐਕਸਰਵਿਸਮੈਂਟ ਵਾਸਤੇ 6 ਬਾਰ ਆਜ਼ਾਦਤ ਮਿਲ ਗਈ ਹੈ ਤੁਸੀਂ ਕਰ ਸਕਦੇ ਹੋ ਅਟੈਂਪ ਤੁਹਾਡਾ ਔਰ BC ਕੈਟਾਗਰੀ ਦੇ ਇੱਕ ਸਰਵਿਸਮੈਨ ਨੂੰ 9 ਬਾਰ ਔਰ ਇੱਕ ਜਿਹੜੇ SC ਸਾਡੇ ਇੱਕ ਸਰਵਿਸਮੈਨ ਨੇ ਉਹਨਾਂ ਵਾਸਤੇ ਜਿੰਨੀ ਬਾਰ ਉਹ ਕਰਨਾ ਚਾਹਣ ਕੋਈ ਰੁਕਾਵਟ ਨਹੀਂ ਉਹ ਕਰ ਸਕਦੇ ਨੇ ਤਾਂ ਮੈਂ ਖੁਸ਼ੀ ਇਸ ਗੱਲ ਦੀ ਹੈ ਕਿ ਚਾਰ ਅਟੈਂਪਟ ਤੋਂ ਹੁਣ 6 9 ਔਰ ਜਿੰਨੇ ਕਰਨਾ ਚਾਹਣ ਉਹਨਾਂ ਵੀ ਐਸੀ ਕੈਟਾਗਰੀ ਵਾਸਤੇ ਖੁੱਲਾ ਹੈ ਹੁਣ ਕੰਮ ਤਾਂ ਤੁਸੀਂ ਜਿਨ੍ਹਾਂ ਨੇ ਕਰਨਾ ਹੈ ਜ਼ਰੂਰ ਆਪਣੇ ਇਮਤਿਹਾਨ ਵਾਸਤੇ ਤਿਆਰੀ ਕਰੋ ਔਰ ਆਓ ਪੀਪੀਐਸ ਪੀਸੀਐਸ ਐਗਜ਼ਾਮੀਨੇਸ਼ਨ ਵਾਸਤੇ ਤਾਕਤ ਤੁਸੀਂ ਵੀ ਪੰਜਾਬ ਦੀ ਸੇਵਾ ਕਰ ਸਕੋ ਹੋਰ ਹੁਣ ਸਵਾਲਾਂ ਦੇ ਬਾਰੇ ਵਿੱਚ ਕੁਝ ਤੁਹਾਨੂੰ ਦੇਣਾ ਚਾਹੁੰਦੇ ਆਂ ਜਵਾਬ ਦੇ ਇਸ ਕਰਕੇ ਆਪਾਂ ਇਹ ਕਰਦੇ ਆਂ ਸਕੈਪਟਨ ਪ੍ਰੋਗਰਾਮ ਇੱਕ ਤਾਂ ਤੁਸੀਂ ਮੈਨੂੰ ਪਹਿਲਾਂ ਪੁੱਛਿਆ ਕੁਲਦੀਪ ਕੋਰ ਰੰਧਾਵਾ ਨੇ ਸਠਿਆੜੇ ਤੋਂ ਕਿ 400 ਸਾਲਾ ਪਪrakash ਪੁਰਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਆਪਾਂ ਮਨਾ ਰਹੇ ਆ ਕਿੰਨਾ ਪੈਸਾ ਤੁਸੀਂ ਐਡਮਿਸ਼ਨ ਅਲੋਕੇਸ਼ਨ ਤੁਸੀਂ ਕੀਤੀ ਹੈ ਵੀਬ ਜਿੱਥੇ ਤਾਂ ਗੁਰੂ ਸਾਹਿਬ ਦਾ ਸਵਾਲ ਹੈ ਕਾਇ ਕੋਈ ਕੋਈ ਵੀ ਗੁਰੂ ਸਾਹਿਬ ਸਹਿਬਾਨ ਸਾਡੇ ਹੋਣ ਇਹਨਾਂ ਤੇ ਆਪਾਂ ਪੈਸਿਆਂ ਨਾਲ ਨਹੀਂ ਗਿੰਦੇ ਜਿੰਨੀ ਲੋੜ ਪਊ ਸਾਨੂੰ ਮਨਾਉਣ ਵਾਸਤੇ ਔਰ ਬੜੀ ਧੂਮ ਕਾਮਨਾਣ ਮਨਾਵਾਂਗੇ ਉਹ ਪੈਸੇ ਪੰਜਾਬ ਸਰਕਾਰ ਲਾਉ ਤਾਂ ਪੈਸਿਆਂ ਦੀ ਗੱਲ ਨਾ ਕਰਿਆ ਕਰੋ ਜਿੱਥੇ ਗੁਰੂ ਸਾਹਿਬ ਦਾ ਮਸਲਾ ਹੁੰਦਾ ਹੈ ਗੁਰੂ ਤਾਂ ਸਾਡੇ ਉਹਨਾਂ ਕਰਕੇ ਤਾਂ ਆਪਾਂ ਸਾਰੇ ਬਸੇ ਹੋਏ ਤੇ ਉਹ ਜਿਹੜਾ ਕੁਝ ਸਾਡਾ ਹੈ ਉਹ ਗੁਰੂਆਂ ਦਾ ਹੀ ਹੈ ਔਰ ਗੁਰੂ ਸਾਹਿਬ ਦੇ ਦੇ ਮਨਾਉਣ ਵਾਸਤੇ ਅਸੀਂ ਕੋਈ ਕਾਠ ਨਹੀਂ ਛੱਡਣੀ ਕਿਸੇ ਗੱਲ ਦੀ اے بیٹ اے اے پੁੱਛਰੇ ਨੇ ਗੁਰਪ੍ਰੀਤ ਗਿੱਲ ਜੀ ਕਿ ਮੈਂ ਤੁਹਾਡਾ ਪੋਸਟ ਦੇਖਿਆ ਸੀ ਪੰਜਾਬ ਦੇ ਉੱਪਰ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਪੰਜ ਨਦੀਆਂ ਸਾਡੇ ਹੁੰਦੇ ਅਸੀ ਕੰਟਰੋਲ ਚ ਹੁਣ ਅਸੀਂ 13 ਐਮਪੀ ਰਹਿ ਗਏ ਆਂ ਇੰਦਸਤਾਨ ਜੋ ਅਸੀਂ ਐਂਟੀ ਫਾਰਮਰ ਆਰਡੀਨੈਂਸ ਵੀ ਨਹੀਂ ਰੋਕ ਸਕਦੇ ਗੱਲ ਤੁਹਾਡੀ ਸਹੀ ਹੈ ਇਤਿਹਾਸ ਹੁਣ ਗਵਾਏ ਜਿਹੜੀ ਗੱਲਾਂ ਨੂੰ ਚਮਰੌਰ ਤੋਂ ਲੈ ਕੇ ਦਿੱਲੀ ਤੱਕ ਮਹਾਰਾਜ ਸਾਹਿਬ ਦਾ ਰਾਜ ਹੁੰਦਾ ਸੀ ਔਰ ਸਾਡਾ ਪੰਜਾਬ ਹੁੰਦਾ ਸੀ ਔਰ ਇਥੋਂ ਫਿਰ ਅਦਾਦਾ 47 ਚਲਾ ਗਿਆ ਪਾਕਿਸਤਾਨ ਬਣ ਗਿਆ ਔਰ ਜਿਹੜੀ ਥੋੜੀ ਕਸਰ ਸੀ ਅਕਾਲੀਆਂ ਨੇ ਕੱਢਤੀ ਜਿਹੜੀ ਹਰਿਆਣਾ ਬਣਵਾਤਾ ਆਪਣਾ ਪੰਜਾਬੀ ਸੂਬਾ ਬਣਾਉਣ ਲਈ ਸਾਡਾ ਸਾਰਾ ਹਿਮਾਚਲ ਦਿੱਤਾ ਕਾਗੜਾ ਤੋਂ ਲੈ ਕੇ ਸ਼ਿਮਲਾ ਵਗੈਰਾ ਸਾਰਾ ਦਿੱਤਾ ਉਧਰ ਔਰ ਇਧਰ ਸਾਰਾ ਹਰਿਆਣਾ ਇਥੋਂ ਇਥੋਂ ਚੰਡੀਗੜ੍ਹ ਤੋਂ ਲੈ ਕੇ ਦਿੱਲੀ ਤੱਕ ਉਹ ਦਿੱਤਾ ਤੇ ਇਹੇ ਜੀ ਗੱਲਾਂ ਜਦੋਂ ਦੂਰ ਅੰਦੇਸ਼ੀ ਨਾ ਹੋਵੇ ਕਿਸੇ ਕਿਸੇ ਸਿਆਸੀ ਗਰੁੱਪ ਦੇ ਵਿੱਚ ਫਿਰ ਇਹ ਹਾਲ ਹੋਗਾ ਪੰਜਾਬ ਹੁਣ ਤੁਸੀਂ ਹੱਸ ਦੇਖ ਲਓ ਕਿ ਸਾਡੇ ਪੰਜਾਬ ਦੀ ਕਿਸਾਨੀ ਦੇ ਕੋਲ 105 ਲੱਖ ਏਕੜ ਜ਼ਮੀਨ ਹੈ ਔਰ ਹਰਿਆਣੇ ਕੋਲ 80 ਲੱਖ ਏਕੜ ਜ਼ਮੀਨ ਹੈ ਕਿੰਨਾ ਅਸੀਂ ਦੇ ਬੈਠੇ ਆ ਕਿੰਨਾ ਹਿਮਾਚਲ ਦਾ ਟੂਰਿਜ਼ਮ ਪੋਟੈਂਸ਼ੀਅਲ ਫੋਰੈਸਟ ਇਰੀਗੇਸ਼ਨ ਪੋਟੈਂਸ਼ੀਅਲ ਸਾਰਾ ਅਸੀਂ ਦੇ ਬੈਠੇ ਆ ਤੋ ਇਹ ਗੱਲਾਂ ਜਿਹੜੀਆਂ ਜਿਹੜੇ ਪੋਲੀਟਿਸ਼ੀਅਨ ਕਰਦੇ ਨੇ ਨਾ ਸਿਰਫ ਆਪਣੇ ਅ ਪਾਰਟੀ ਬਣਾਉਣ ਵਾਸਤੇ ਆਪਣੇ ਹਲ ਹਲ ਕੋਈ ਕੱਢਣ ਵਾਸਤੇ ਔਰ ਤੁਸੀਂ ਪੰਜਾਬ ਆਪਣੇ ਸੂਬਾ ਹੀ ਤੋੜ ਦਿਓ ਤਾਂ ਫਿਰ ਇਹ ਹਾਲ ਹੋਣਾ ਹੁਣ ਜਿੱਥੇ ਅਗਰ ਸਾਡੇ ਕੋਲ ਪਾਰਲੀਮੈਂਟ ਦੇ ਵਿੱਚ ਇਹ ਜੀ ਹੁੰਦਾ ਨਾ ਜਮਰੋਤ ਤੋਰੇ ਤੱਕ ਤਾਂ ਤਕਰੀਬਨ 70 80 ਸਾਡੇ ਕੋਲ ਐਮਪੀ ਹੋਣੇ ਸੀ ਔਰ ਸਾਡੀ ਗੱਲ ਚਲਨੀ ਸੀ ਦਿੱਲੀ 'ਚ ਹੁਣ 570 ਦੇ ਐਮਪੀਆ ਦੇ ਵਿੱਚ ਉਹ ਅਗਰ 13 ਅਸੀਂ ਰਹਿ ਗਏ ਕੌਣ ਪੁੱਛੂਗਾ ਸਾਡੀ ਗਾ ਕੌਣ ਸੁਣੂਗਾ ਸਾਡੀ ਤਾਂ ਹੀ ਐਂਟੀ ਫਾਰਮਰ ਆਰਡੀਨੈਂਸ ਵਗੈਰਾ ਸਭ ਕੁਝ ਕਰੀ ਜਾਂਦੇ ਨੇ ਜੋ ਕਰਦੇ ਨੇ ਦਿੱਲਚ ਕਰਦੇ ਹੋ ਕਿਉਂਕਿ ਪੰਜਾਬ ਕੁਝ ਨਹੀਂ ਕਰ ਸਕਦਾ ਇਹਦੇ ਬਾਰੇ ਤਾਂ ਹੀ ਮੈਂ ਕਹਿੰਦਾ ਤੁਹਾਨੂੰ ਕਿ ਇਹ ਗਰੇ ਆਰਡੀਨੈਂਸ ਇੱਕ ਵਾਰ ਬਣ ਗਏ ਇਹਨਾਂ ਨੇ ਹੁਣ ਵਿਧਾਨ ਸਭਾ ਚ ਲੋਕ ਸਭਾ ਦੇ ਵਿੱਚ ਹਰਣਾ ਔਰ ਲੋਕ ਸਭਾ ਨੇ ਇਹਨੂੰ ਬਿਲ ਕਨਵਰਟ ਕਰਕੇ ਇਹਨੂੰ ਪਾਸ ਕਰ ਦੇਣਾ ਪਾਸ ਕਰਕੇ ਫਿਰ ਹਿੰਦੁਸਤਾਨ ਦਾ ਕਾਨੂੰਨ ਬਣ ਗਿਆ ਤਾਂ ਹੁਣ 570 ਐਮਪੀ ਥੋੜੇ ਗਰੇ ਆਖੇ ਲੱਗਣਗੇ ਉੱਥੇ 13 ਨੇ ਥੋੜੇ ਕੀ ਬਣਾ ਲਾਂਗੇ ਕੀ ਕਰ ਲਾਂਗੇ ਆਪਾਂ 13 ਨਾਲ ਪੰਜਾਬ ਨੂੰ ਖਤਮ ਕਰ ਲਾਂਗੇ ਆਪਾਂ ਇਹੀ ਪਹਿਲਾ ਸੀ ਜਦੋਂ ਪੰਜਾਬੀ ਸੂਬਾ ਬਣਾਇਆ ਕਾਲੀਆਂ ਨੂੰ ਇਹੀ ਹੁਣ ਕਰ ਰਹੇ ਨੇ ਪਹਿਲਾਂ ਤਾਂ ਤੁਸੀਂ ਪੰਜਾਬ ਦਾ ਪਟਵਾਰਾ ਕੱਟਤਾ ਹੁਣ ਤੁਸੀਂ ਕਿਸਾਨੀ ਸਾਡੀ ਰੋੜ ਦੇ ਕੋ ਪੰਜਾਬ ਦੀ ਮੈਂ ਬਾਰ ਬਾਰ ਕਹਿਣਾ ਪਰ ਇਹਨਾਂ ਨੂੰ ਤਾਂ ਆਪਣੀ ਸਿਰਫ ਪਈ ਹੋਈ ਹੈ ਕਿ ਮੇਰੀ ਮਨਿਸਟਰ ਰਹੇ ਹੋਤੇ ਦਿੱਲੀ ਦੇ ਵਿੱਚ ਸਿਮਰਤ ਜਾਰ ਸਿਮਰਤ कौर ਔਰ ਮੈਂ ਤੇ ਮੁਕਿਰਮਾ ਔਰ ਮੈਂ ਰ ਮੇਰੀ ਅਥੇ ਸਰਕਾਰ ਬਣਦੀ ਰਹੇ ਜਦੋਂ ਤੁਸੀਂ ਐ ਸੁਣਨ ਤੋਂ ਕੀ ਤੁਸੀਂ ਸਰਕਾਰ ਕਿਸ ਕਿਹੜੇ ਸੂਬੇ ਦੇ ਉੱਪਰ ਕਰੋਗੇ ਸਭ ਕੁ ਤੱਕ ਖੋ ਕੇ ਬੈਗੇ ਤੁਸੀਂ ਔਰ ਖੋਜੋਗੇ ਜਿਸ ਤਰੀਕੇ ਨਾਲ ਚੱਲ ਰਹੇ ਹੋ ਕਿ ਤੁਸੀਂ ਕਦੇ ਪੰਜਾਬ ਦਾ ਨਹੀਂ ਸੋਚਦੇ ਤੁਸੀਂ ਸਿਰਫ ਆਪਣਾ ਸੋਚਦੇ ਹੋ ਫੇਰ ਤੁਸੀਂ ਆ ਪਲੱਸ 2 ਦੀ ਗੱਲ ਮੈਨੂੰ ਪੀਐਸਸੀਬੀ ਬੋਰਡ ਵਾਲਿਆਂ ਨੇ ਦਸੀ ਮੈਂ ਤੁਹਾਨੂੰ ਦੱਸਦਾ ਕਿ ਸੀਬੀਐਸਸੀ ਦਾ ਕੀ ਆਰਡਰ ਇਸ ਬਾਰੇ ਵਿੱਚ ਅਗਲੇ 2-3 ਦਿਨ ਤੁਹਾਨੂੰ ਆ ਜਾਣਾ ਹੈ ਤਾਂ ਇਹ ਸੀ ਸਖਸ਼ੀ ਗੰਵਰ ਉਹ ਫਾਜ਼ਿਲ ਕਾ ਤੋਂ ਉਹਨਾਂ ਨੇ ਮੈਨੂੰ ਇਹ ਪੁੱਛਿਆ ਸੀ ਕਿ ਸਾਡੇ ਇਮਤਿਹਾਨ ਦੇ ਬਾਰੇ ਪਲੱਸ 2 ਦਾ ਕੀ ਹੋ ਰਿਹਾ ਹੈ ਕਿ ਅਗਲੇ 2 ਦਿਨਾਂ ਚ 3 ਦਿਨਾਂ ਤੁਹਾਨੂੰ ਤੋਂ ਸੀਬੀਐਸਸੀ ਵਾਲਿਆਂ ਨੇ एलान ਕਰਦੇ ਨੇ ਅੱਲਾ ਗਵਰਨਮੈਂਟ ਉਹਦਾ ਇਹ ਸਵਾਲ ਕਈ ਦਿਨਾਂ ਤੋਂ ਉੱਠਿਆ ਹੋਇਆ ਹੈ ਇਹ ਜਿਹੜੇ ਤਿੰਨ ਆਰਡੀਨੈਂਸ ਗਵਰਨਮੈਂਟ ਆਫ ਇੰਡੀਆ ਨੇ ਕੀਤੇ ਨੇ ਜੋ ਅਸੀਂ ਸਮਝਦੇ ਆ 100% ਦੀ ਕਿਸਾਨੀ ਦੇ ਖਿਲਾਫ ਨੇ ਉਹਦੇ ਵਿੱਚ ਕਿਸਾਨ ਯੂਨੀਅਨਜ਼ ਦੀ ਸਾਰਿਆਂ ਦੀ ਮੇਰੀ ਮੀਟਿੰਗ ਹੋ ਚੁੱਕੀ ਸਾਰੇ ਆਪੋਜੀਸ਼ਨ ਪਾਰਟੀਆਂ ਦੀ ਮੇਰੀ ਮਿਲ ਹੋ ਚੁੱਕੀ ਔਰ ਅਕਾਲੀ ਦਲ ਔਰ ਭਾਜਪੀ ਨੂੰ ਛੱਡ ਕੇ ਸਾਰੇ ਇੱਕ ਪਾਸੇ ਬੈਠੇ ਨੇ ਕਿ ਇਹ ਕਿਸਾਨੀ ਦੇ ਖਿਲਾਫ ਹੈ ਇਹ ਅਗਰ ਤੁਸੀਂ ਇਹਦਾ ਨਿਚੋੜ ਕੱਢੋਨਾ ਤਾਂ ਇੱਕ ਸ਼ਾਂ타 ਕੁਮਾਰ ਜੀ ਹੁੰਦੇ ਸੀ ਜੋ ਚੇਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਕਈ ਵਾਰ ਰਹੇ 2-3 ਵਾਰ ਉਹਨਾਂ ਨੇ ਕਮੇਟੀ ਬਣਾਈ ਸੀ ਔਰ ਉਹਨਾਂ ਨੇ ਆਪਣੇ ਰਿਪੋਰਟਸ ਕਿਹਾ ਸੀ ਕਿ ਇਹ ਜਿਹੜੀ ਐਮਐਸਪੀ ਹੈ ਇਹ ਗਲਤ ਹੈ ਇਹਨੂੰ ਬੰਦ ਕੀਤਾ ਜਾਵੇ ਔਰ ਫੂਡ ਕੋਆਪਰੇਸ਼ਨ ਆਫ ਇੰਡੀਆ ਦੀ ਕੋਈ ਲੋੜ ਨਹੀਂ ਜਿਹੜੀ ਖਰੀਦ ਕਰਦੀ ਹੈ ਉਹਨੂੰ ਵੀ ਚੱਕ ਦਿਓ ਹੁਣ ਉਹਦਾ ਜਿਹੜਾ ਨਿਚੋੜ ਹੈ ਉਹ ਕੱਢ ਕੇ ਇਹਨਾਂ ਨੇ ਆਰਡੀਨੈਂਸ ਬਣਾ ਲਿੱਤੇ ਔਰ ਜੋ ਮਰਜੀ ਸੁਖਵੀਰ ਬਾਦਲ ਕਹੇ ਅਕਾਲੀ ਦਲ ਕਹੇ ਜਾਂ ਭਾਜਪੀ ਕਹੇ ਇਹਨਾਂ ਨੇ ਇੱਕ ਵਾਰ ਇਹ ਆਰਡੀਨੈਂਸ ਨੂੰ ਕਾਨੂੰਨ ਬਣਾਤਾ ਨਾ ਪਾਰਲੀਮੈਂਟ ਚ ਫਿਰ ਅਗਲੀ ਅਗਲਾ ਕਦਮ ਇਹ ਹੋਏਗਾ ਕਿ ਫੂਡ ਕੋਆਪਰੇਸ਼ਨ ਨੂੰ ਖਤਮ ਕਰਨਗੇ ਔਰ ਐਮਐਸਪੀ ਖਤਮ ਕਰੋਗੇ ਔਰ ਤੁਸੀਂ ਦੇਖ ਲਓ ਪੰਜਾਬ ਕਿਸਾਨੀ ਦਾ ਕੀ ਬਣੂਗਾ ਅਗਰ ਆਹ ਕੰਮ ਹੁੰਦਾ ਰਵੇ ਇਸ ਕਰਕੇ ਮੈਂ ਆਪ ਨੂੰ ਬੇਨਤੀ ਕਰਨਾ ਚਾਹੁੰਦਾ ਸਾਰਿਆਂ ਨੂੰ ਜਿਹੜੇ ਅੱਜ ਸੁਣ ਰਹੇ ਹੋ ਕਿ ਇਸ ਗੱਲ ਨੂੰ ਬੜੀ ਗੰਭੀਰਤਾ ਨਾਲ ਤੁਸੀਂ ਲਓ ਔਰ ਪੁੱਛੋ ਇਹਨਾਂ ਅਕਾਲੀਆਂ ਨੂੰ ਕਿ ਤੁਸੀਂ ਆਪਣੀ ਸਿਆਸਤ ਖੇਲ ਰਹੇ ਹੋ ਕਿਉਂਕਿ ਉਹਨਾਂ ਲਈ ਇੱਥੇ ਦਿੱਲੀ ਦੇ ਵਿੱਚ ਇੱਕ ਮਿਨਿਸਟਰ ਦਾ ਬਣਾ ਬਠਾਈ ਬੈਠੇ ਨੇ ਕੈਬਨਿਟ ਦੇ ਵਿੱਚ ਜੋ ਬੀਬੀ ਬਾਦਲ ਹੈ ਔਰ ਉਹ ਕੋਈ ਕਦਮ ਨਹੀਂ ਉਠ ਸਕਦਾ ਜਦ ਤੱਕ ਕੈਬਨਿਟ ਨਹੀਂ ਪਾਸ ਕਰਦੀ ਔਰ ਉਹ ਕੈਬਨਿਟ ਵਿੱਚ ਇਹ ਹਾਂ ਕੀਤੀ ਹੋਣੀ ਹੈ ਤੁਸੀਂ ਉਹਨੂੰ ਪੁੱਛਣਾ ਔਰ ਇਹੀ ਹਾਲ ਹੈ ਇੱਥੇ ਕਾਲੇ ਨਾ ਕਿਉਂਕਿ ਬੀਜੇਪੀ ਦੇ ਨਾਲ ਇਹਨਾਂ ਦੀ ਇੱਥੇ ਗੱਠਜੋੜ ਹੈ ਇਸ ਕਰਕੇ ਇਹ ਕੋਈ ਸਮਝ ਨਹੀਂ ਇਹ ਜਿਹੜਾ ਕੁਝ ਬੀਜੇਪੀ ਨੂੰ ਖੁਸ਼ ਕਰਨ ਵਾਸਤੇ ਇਹ ਇਹ ਆਪਣੇ ਪੰਜਾਬ ਦੀ ਕਿਸਾਨੀ ਨੂੰ ਵੇਚਣਾ ਚਾਹੁੰਦੇ ਨੇ ਆਹੀ ਹਾਲ ਹੈ ਸਾਰੀ ਪੰਜਾਬ ਅਸੀਂ ਇਕੱਠੇ ਹੋਏ ਹਾਂ ਮੈਂ ਪ੍ਰਧਾਨ ਮੰਤਰੀ ਜੀ ਨੂੰ ਲਿਖ ਰਹੇ ਹਾਂ ਕਿ ਅਸੀਂ ਉਹਨਾਂ ਦੇ ਕੋਲ ਇੱਕ 올 ਪਾਰਟੀ ਮੀਟਿੰਗ ਉਹ ਜਿਹੜੇ ਸਾਡੇ ਨੁਮਾਇੰਦੇ ਨੇ ਉਹ ਆ ਕੇ ਅਸੀਂ ਉਹਨਾਂ ਨੂੰ ਮਿਲਣਾ ਚਾਹੁੰਦੇ ਨੇ ਔਰ ਸਾਡੇ ਕਿਸਾਨ ਯੂਨੀਅਨ ਵਾਲਿਆਂ ਨੂੰ ਅਸੀਂ ਭੇਜਾਂਗੇ ਤਾਂ ਕਿ ਐਗਰੀਕਲਚਰ ਮਿਨਿਸਟਰ ਨੂੰ ਵੀ ਮਿਲਣ ਅਤੇ ਆਪਣੇ ਵੱਲੋਂ ਜੋ ਗੱਲਾਂ ਨੇ ਪੰਜਾਬ ਦੀਆਂ ਦੱਸਣ ਨਹੀਂ ਅਸੀਂ ਤੁਸੀਂ ਦੇਖਦੇ ਰਹਿਣਾ ਪੰਜਾਬ ਦੀ ਕਿਸਾਨੀ ਬਿਲਕੁਲ ਥੱਲੇ ਜਾਊਗੀ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਦੱਸਾਂ ਇੱਕ ਮਿਸਾਲ ਦਿੰਦਾ ਐਮਐਸਪੀ ਅੱਜ ਮੱਕੀ ਦਾ 1700 ਰੁਪਏ ਹੈ ਜਿਸ ਦਿਨ ਐਮਐਸਪੀ ਸਾਡੀ ਹੋਈ ਸੀ ਔਰ ਪਾਰਟੀ ਮੀਟਿੰਗ ਉਹ ਦਿਨ ਸਵੇਰੇ ਥੋੜੀ ਹੁਸ਼ਿਆਰਪੁਰ ਦੇ ਮੰਡੀ ਦੇ ਵਿੱਚ ਮੱਕੀ ਵਿਕੀ ਸੀ 600 ਰੁਪਏ ਕਿਵਰਟ 6000 ਰੁਪਏ ਕਿੰਟਲ ਜੋ ਅੱਜ ਵਿਕਰੀ ਹੈ ਔਰ ਐਮਐਸਪੀ ਹੈ 17 ਹੁਣ ਤੁਸੀਂ ਸਮਝ ਲਓ ਕਿ ਕੀ ਹੋਗਾ ਜਦੋਂ ਇਹ ਐਮਐਸਪੀ ਚੱਕ ਲੈਣਗੇ ਕਣਕ ਤੇ ਕੀ ਹੋਊਗਾ ਸਰ ਝੋਨੇ ਤੇ ਕੀ ਹੋਊ ਹੋਰ ਫਸਲਾਂ ਜੋ ਆਪਾਂ ਬੀਜਦੇ ਆ ਉਹਨਾਂ ਤੇ ਕੀ ਹੋ ਆ ਹੋਗਾ ਜੇ ਮੈਂ ਤੁਹਾਨੂੰ ਦੱਸ ਰਿਹਾ ਜੋ ਮੌਜੂਦਾ ਕੀਮਤਾਂ ਨੇ ਜੋ ਮਿਲ ਰਹੀਆਂ ਨੇ ਆਪਾਂ ਨੂੰ ਆਪਣੇ ਐਮਐਸਪੀ ਔਰ ਮੰਡਿਆਂ ਵਿੱਚ ਆਪਾਂ ਕੀਤੇ ਤਾਂ ਮੰਡੀਆਂ ਵੀ ਚੱਕ ਦੇਣਗੇ ਸਭ ਕੁਝ APMC ਐਕਟ ਜਿਹੜਾ ਸਾਡਾ ਮਾਰਕੀਟਿੰਗ ਕਮਿਟੀ ਦਾ ਐਕਟ ਹੈ ਸਭ ਕੁਝ ਚੱਕ ਦੇਣਗੇ ਇਹ ਇਹ ਹਾਲ ਬਣਾਣਾ ਹੈ ਸਾਡੇ ਪੰਜਾਬ ਦਾ ਇਹ ਮੈਂ ਉਦੋਂ ਵੀ ਕਿਹਾ ਸੀ ਕਿ ਹੁਣ ਕਿਉਂਕਿ ਹੋਰ ਹਿੰਦੁਸਤਾਨ ਦੇ ਸੂਬੇ ਅਜੋ ਅਨ ਚਾਉੜ ਵਗੈਰਾ ਕਣਕ ਮધ્યਪ੍ਰਦੇਸ਼ ਵਗੈਰਾ ਦੇ ਵਿੱਚ ਹੋਣ ਲੱਗ ਗੀ ਹੁਣ ਪੰਜਾਬ ਦੀ ਕਿਸਾਨੀ ਦੀ ਇਹਨਾਂ ਨੂੰ ਲੋੜ ਨਹੀਂ ਬੜੀ ਸਿੰਪਲ ਗੱਲ ਹੈ ਕਿ 7-6 ਸਾਲ ਪਹਿਲਾਂ ਜਦੋਂ ਗ੍ਰੀਨ ਰੈਵੋਲੂਸ਼ਨ ਸ਼ੁਰੂ ਹੋਇਆ ਉਦੋਂ ਪੰਜਾਬ ਹਿੰਦੁਸਤਾਨ ਭੁੱਖਾ ਮਰ ਰਿਹਾ ਸੀ ਔਰ ਅਮਰੀਕਾ ਵਗੈਰਾ ਤੋਂ ਅਸੀਂ ਖਰੀਦੇ ਸੇ ਚੌਲ ਔਰ ਕਣਕ ਵਗੈਰਾ ਹੁਣ ਫਿਰ ਜਾ ਕੇ ਇੱਥੇ ਹਾਲਾਤ ਇਹ ਬਣ ਗਏ ਕਿ ਹੁਣ ਸਾਰੇ ਸੂਬੇ ਖਰੀਦ ਬਣਾਉਣ ਲੱਗੇ ਚੌਲ ਪੈਦਾ ਕਰਨ ਲੱਗੇ ਔਰ ਅੱਜ ਐਗਰੀਕਲਚਰ ਫੂਡ ਮਿਨਿਸਟਰ ਨੇ ਕਿਹਾ ਕਿ ਮੇਰੇ ਕੋਲ ਚੌਲ ਪਏ ਨੇ ਆਪਣੇ ਗੋਦਾਮਾਂ ਦੇ ਵਿੱਚ ਜੋ 3 ਸਾਲ ਨਹੀਂ ਮੁੱਕਦੇ ਉਸ ਕਰਕੇ ਹੁਣ ਪੰਜਾਬ ਦੇ ਉਹਨਾਂ ਨੂੰ ਕੋਈ ਲੋੜ ਨਹੀਂ ਸਾਡਾ ਸਾਡਾ ਸਾਨੂੰ ਨਚੋੜ ਕੇ ਸਭ ਕੁਝ ਕੱਢ ਕੇ ਸਾਨੂੰ ਹੁਣ ਬਿਲਕੁਲ ਇੱਕ ਪਾਸੇ ਸਿੱਟ ਰਹੇ ਨੇ ਇਸ ਕਰਕੇ ਜ਼ਰੂਰੀ ਹੈ ਤੁਸੀਂ ਇਹ ਅਕਾਲੀਆ ਦੀ ਔਰ ਇਹ ਭਾਜਪਾ ਵਾਲਿਆਂ ਦੀ ਗੱਲਾਂ ਚ ਨਹੀਂ ਹੋਣਾ ਤੁਸੀਂ ਇਹ ਜੋ ਸਾਰਾ ਪੰਜਾਬ کہہ ਰਿਹਾ ਕਿਸਾਨ ਯੂਨੀਅਨ کہہ ਰਹੀ ਨੇ ਅਸੀਂ کہہ ਰਹੇ ਹਾਂ ਹੋਰ ਪੰਜਾਬ ਸਰਕਾਰਾਂ ਸਾਡੇ ਗਮ ਪੋਲੀਟਿਕਲ ਪਾਰਟੀਆਂ ਨੇ ਕਹਿ ਰਿਆ ਨੇ ਉਹਨਾਂ ਦੇ ਨਾਲ ਤੁਸੀਂ ਇਹ ਗੱਲ ਇਹ ਇਹ ਆਪਣੇ ਮਨ ਚ ਬਿਸਾਲ ਹੋਏ ਦਿਨਾਂ ਬਾਕੀ ਲੜਾਈ ਅਸੀਂ ਨਵਾਂਗੇ ਔਰ ਸੈਂਟਰ ਨਾਲ ਅਸੀਂ ਜਾਵਾਂਗੇ ਉੱਥੇ ਇਹ ਸਵਾਲ ਮੈਨੂੰ ਕੀਤਾ ਸੀਗਾ ਗੁਰਜੰਟ ਪਵਾਰ ਜੀ ਨੇ ਧਰਮਕੋਟ ਤੋਂ ਰਾਜੇਸ਼ ਗਰਗ ਜੀ ਪਟਿਆਲੇ ਤੋਂ ਕਹਿੰਦੇ ਨੇ ਕਿ ਸਾਡੇ ਅਸੀਂ ਉਹਨੇ ਬਾਇਓਮੈਸ ਬ੍ਰਿਕਟਸ ਬਣਾਉਣੇ ਆ ਪਟਿਆਲੇ ਵਿੱਚ ਤੁਹਾਡਾ ਪਿੰਡ ਆਪਣਾ ਕਕਰਾੜਾ ਪਿੰਡ ਹੈ ਸਮਾਣੀ ਦੀ ਸੜਕ ਤੇ ਆਸਮਾਨਾ ਡਿਸਟ੍ਰਿਕਟ ਕੋਨ ਲੇਕਿਨ ਉਥੇ ਦੇ ਇੱਕ ਤਾਂ ਸਾਡੀ ਟ੍ਰਿਪਿੰਗ ਹੁੰਦੀ ਹੈ ਬਿਜਲੀ ਦੀ ਔਰ ਇੱਕ ਸਾਡੀ ਸੜਕ ਉਥੇ ਖਰਾਬ ਹੈ ਉਸ ਸਮਾਨੇ ਦੀ ਸੜਕ ਤਾਂ ਵਧੀਆ ਹੋਗੀ ਲੇਕਿਨ ਲਿੰਕ ਰੋਡ ਹੋਣੀ ਹੈ ਇਹ ਮੈਂ ਦੋਨੋਂ ਚੀਜ਼ਾਂ ਥੋੜੀਆ ਚੈੱਕ ਕਰਵਾਉਣੀ ਹੈ ਅੱਜ ਕਿ ਟ੍ਰਿਪਿੰਗ ਕਿਉਂ ਹੋ ਰਹੀ ਹੈ ਔਰ ਇਹਦਾ ਕੋਈ ਪ੍ਰਬੰਧ ਕਰਾਂਗੇ ਔਰ ਨਾਲੇ ਜਿਹੜੀ ਥੋੜੀ ਸੜਕ ਹੈ ਉਹਦੀ ਮੁਰੰਮਤ ਅਸੀਂ ਕਰਾਵਾਂਗੇ ਅ ਇੱਕ ਨਨੀਤ ਕੌਰ ਜੀ ਲਿਖ ਰਹੇ ਨੇ ਜਲੰਧਰ ਤੋਂ ਕਿ ਸਾਡੀ ਇਹ ਸੈਂਟਰਲ ਸਟ੍ਰੇਨਰ ਸੈਂਟਰ ਜਲੰਧਰ ਦਾ ਇਹ ਬੰਦ ਪਿਆ ਹੈ ਮਾਰਚ ਤੋਂ ਇਹਨੂੰ ਖੁਲਵਾਓ ਬੇਟਾ ਮੈਂ ਤਾਂ ਖੋਲਣਾ ਚਾਹੁੰਦਾ ਹੈ ਲੇਕਿਨ ਇਹ ਸਾਡੇ ਜਿਹਾ ਸੇ ਇਹ ਜਿਹੜਾ ਹੁਣ ਇਹ ਆਪਣਾ ਕੋਵਿਡ ਦਾ ਮਸਲਾ ਹੈ ਇਹ ਨੈਸ਼ਨਲ ਡਿਜ਼ਾਸਟਰ ਐਕਟ ਦੇ ਅਧੀਨ ਹੁੰਦਾ ਸਾਡੇ ਕੋਲ ਨਹੀਂ ਇਹਦੀ ਕੋਈ ਅਧਿਕਾਰ ਔਰ ਇਹ ਅਸੀਂ ਹੋਮ ਮਿਨਿਸਟਰੀ ਗਵਰਨਮੈਂਟ ਚਲਾਉਂਦੀ ਹੈ ਔਰ ਉਹ ਜਦੋਂ ਸਾਨੂੰ ਜਿਹੜਾ ਕੁਝ ਭੇਜਦੇ ਨੇ ਸਾਨੂੰ ਕਰਨਾ ਪੈਂਦਾ ਹੈ ਅਗਰ ਸਟੇਟ ਡਿਜ਼ਾਸਟਰ ਐਕਟ ਹੁੰਦਾ ਤਾਂ ਮੇਰੇ ਹੱਥ ਹੁੰਦਾ ਲੇਕਿਨ ਅਗਰ ਤੁਸੀਂ ਕਰ ਰਹੇ ਹੋ ਨੈਸ਼ਨਲ ਡਿਜ਼ਾਸਟਰ ਔਰ ਦਿੱਲੀ ਦਾ ਫੈਸਲਾ ਕਰਦੇ ਨੇ ਪੂਰੇ ਹਿੰਦੁਸਤਾਨ ਨੇ ਔਰ ਉਹਨਾਂ ਦਾ ਹੁਣ ਇਸ ਵੇਲੇ ਕੋਚਿੰਗ ਸੈਂਟਰਸ ਵਗੈਰਾ ਬੰਦ ਰੱਖੇ ਨੇ ਉਹਨਾਂ ਨੇ ਔਰ ਕਹਿੰਦੇ ਨੇ ਕਿ ਅਸੀਂ ਕੋ ਹਲੇ ਖੋਲ ਨਹੀਂ ਦੇ ਨੇ ਤੋਂ ਇਹ ਮੇਰੇ ਹੱਥ ਤੋਂ ਬਾਹਰ ਹੈ ਲੇਕਿਨ ਮੈਂ ਜ਼ਰੂਰ ਉਹਨਾਂ ਨੂੰ ਇਨਫੋਰਮ ਕਰਾਂਗਾ ਕਿ ਹੁਣ ਪੰਜਾਬ ਦੇ ਵਿੱਚ ਸਧਾਰ ਆ ਰਹੇ ਆ ਸਾਨੂੰ ਰਾਜ਼ੀ ਦੇ ਦੋ ਇਸ ਇਹ ਕੰਮ ਕਰਨ ਦੀ ਆਪਣੇ ਕੋਚਿੰਗ ਸੈਂਟਰਸ ਵਗੈਰਾ ਕੋਲੋਂ ਦੀ ਇੱਕ ਤੁਸੀਂ ਇਸ਼ਾਨ ਗਰੋਵਰ ਜੀ ਅਬਾਉਟ ਪੁੱਛ ਰਹੇ ਹੋ ਕਿ ਨੌਰ ਇੰਡੀਆ ਫਲਾਈਟ ਕੈਨੇਡਾ ਗਈਆਂ ਸੀਆਂ 2 ਮਿੰਟ ਚ ਬੁੱਕ ਹੋ ਗਈਆਂ ਮੇਰਾ ਇਮਤਿਹਾਨ ਹੈਗਾ ਸੈਸ਼ਨ ਸਟਾਰਟ ਕਰ ਰਿਹਾ ਹੈ ਸਪਟੰਬਰ ਦੇ ਵਿੱਚ ਇਹਦਾ ਵਿੱਚ ਗਵਰਨਮੈਂਟ ਸਾਡੀ ਹੈਲਪ ਕਰੇ ਕਿ ਇਕ ਕਮੇਂ ਜਰੂਰ ਚੈੱਕ ਕਰਾਂਗਾ ਕਿ ਹੋਰ ਫਲਾਈਟਸ ਕੋ ਜਾਂਦੇ ਹਨ ਤਾਂ ਅਸੀਂ ਥੋੜਾ ਨਾਮ ਉਹਦੇ ਵਿੱਚ ਮੈਂ ਦੇਵਾਂਗਾ ਲੇਕਿਨ ਮੈਂ ਚਾਹ ਆਸ ਕਰਦਾ ਹਾਂ ਕਿ ਸਪਟੈਂਬਰ ਤੱਕ ਸ਼ਾਇਦ ਇੰਟਰਨੈਸ਼ਨਲ ਟ੍ਰੈਵਲ ਰੂਟ ਖੁੱਲ ਜਾਏ ਆਈ ਹੋਪ ਇਹ ਖੁੱਲ ਜਾਏਗੀ ਕਿਉਂਕਿ ਬਹੁਤ ਲੋਕ ਐਸੇ ਫਸੇ ਹੋਏ ਨੇ ਮੈਨੂੰ ਚਿੱਠੀਆਂ ਔਰ ਸਨੇਹ ਭੜੇ ਆਉਂਦੇ ਨੇ ਵੱਖ-ਵੱਖ ਮੁਲਕਾਂ ਤੋਂ ਕਿ ਅਸੀਂ ਫਸੇ ਹੋਏ ਹਾਂ ਅਸੀਂ ਆਉਣਾ ਚਾਹੁੰਦੇ ਹਾਂ ਵਾਪਸ ਲੇਕਿਨ ਸਿਰਫ ਕਦੇ-ਕਦੇ ਹੀ ਫਲਾਈਟਸ ਚੱਲ ਰਹੀਆਂ ਨੇ ਅਗਰ ਗਵਰਨਮੈਂਟ ਆਫ ਇੰਡੀਆ ਦੀ ਕੋਈ ਫਲਾਈਟ ਪ੍ਰਬੰਧ ਹੋਇਆ ਔਰ એન ਇੰਡੀਆ ਦੀ ਫਲਾਈਟ ਜਾਣ ਗਿਆ ਤੁਹਾਡਾ ਨਾਮ ਜ਼ਰੂਰ ਦੇਵਾਂਗੇ ਪਰ ਤੁਸੀਂ ਵੀ ਇਹ ਕਰਨਾ ਹੈ ਕਿ ਤੁਹਾਡਾ ਕੌਂਸੂਲੇਟ ਹੈ ਉੱਥੇ ਉਹ ਕੌਂਸੂਲੇਟ ਨੂੰ ਵੀ ਤੁਸੀਂ ਜ਼ਰੂਰ ਲਿਖ ਦੇਣਾ ਕਿ ਮੈਂ ਪੜਦਾ ਹਾਂ ਉੱਥੇ ਔਰ ਉਹ ਉੱਥੋਂ ਵੀ ਲਿਸਟ ਕੈਨੇਡਾ ਤੋਂ ਵੀ ਲਿਸਟ ਆ ਜਾਂਦੀ ਹੈ ਔਰ ਬਾਕੀ ਜੋ ਅਸੀਂ ਇੱਥੋਂ ਕਰਨਾ ਹੈ ਔਰ ਅਸੀਂ ਇੱਥੇ ਵੀ ਤੁਹਾਡਾ ਨਾਮ ਇਹਦੇ ਉਪਰ ਭੇਜ ਦਾਂਗੇ ਲੇਕਿਨ ਉਦੋਂ ਵੀ ਆ ਜੇ ਤਾਂ ਚੰਗੀ ਗੱਲ ਹੈ ਕਿ ਤੁਸੀਂ ਉਥੋਂ ਬੋਨਫਾਇਡ ਇੱਕ ਇੱਕ ਵਿਦਿਆਰਥੀ ਉਹ ਜੋ ਆਪਣੇ ਸੈਸ਼ਨ ਤੋਂ ਛੋਟਾ ਸਟਾਰਟ ਹੋ ਰਿਹਾ ਉਹ ਵੀ ਦੇਖ ਸਕਦੇ ਨੇ ਉੱਥੇ ਤੁਸੀਂ ਮੈਨੂੰ ਪੁੱਛਿਆ ਮੈਂ ਸਹਾਰਨਜੀਤ ਚੰਡੀਗੜ੍ਹ ਤੋਂ ਕਿ ਖਰੜ ਫਲਾਈਓਵਰ ਕਦੋਂ ਖੁੱਲੂਗਾ 6 ਮਹੀਨੇ ਬਾਅਦ ਡੈਡਲਾਈਨ ਉੱਟਪਗੀ ਇਹ ਤਾਂ ਹੁਣ ਤਾਂ 4 ਮਹੀਨਿਆਂ ਤੋਂ ਤਾਂ ਬੰਦ ਪਿਆ ਇਹ ਤਾਂ ਕਈ ਸਾਲਾਂ ਦਾ ਉਹ ਇਹ ਕਰੜ ਮੈਂ ਫਲਾਈਓਵਰ ਦੇਖ ਰਿਹਾ ਹੈ ਗਵਰਨਮੈਂਟ ਆਫ ਇੰਡੀਆ ਦੀ ਇੱਕ ਇੰਟਰਨੈਸ਼ਨਲ ਹਾਈਵੇ ਸਟੇਟ ਹਾਈਵੇ ਨਹੀਂ ਹੈ ਲੇਕਿਨ ਇਹਦੇ باوجود ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕੰਮ ਸ਼ੁਰੂ ਹੋ ਗਿਆ ਔਰ ਹੁਣ ਇਹ ਐਕਚੁਅਲੀ ਖੁੱਲ ਜਾਣਾ ਸੀ ਅਗਰ ਜਿਹੜਾ ਕੋਵਿਡ ਨਾ ਹੁੰਦਾ ਮੈਂ ਆਸ ਕਰਦਾ ਕਿ ਹੁਣ ਦੁਬਾਰਾ ਜੈਸੇ ਇਹਨਾਂ ਨੇ ਲਾਊ ਕਰ ਦਿੱਤਾ ਹੈ ਕਿ ਇਹਦੀ ਕੰਸਟਰਕਸ਼ਨ ਸ਼ੁਰੂ ਹੋ ਜਾਏ ਜਲਦੀ ਮੁੱਕਾਂਗੇ ਔਰ ਸ਼ਾਇਦ ਜਿਹੜੀ ਤੁਸੀਂ ਕਹਿ ਰਹੇ ਹੋ 6ਵੀਂ ਵਾਰੀ 7ਵੀਂ ਵਾਰੀ ਤੁਸੀਂ ਇਨ ਕੋਲ ਦਾ ਮੰਗ ਹੋਰ ਕੋਲ ਦਾ ਮੰਗੇ ਜਲਦੀ ਕਿਉਂਕਿ ਮੈਂ ਮੈਂ ਜਾਣਦਾ ਇਸ ਪ੍ਰੋਜੈਕਟ ਨੂੰ ਇਹ ਸਮਾ ਖਰੜ ਦਾ ਜਿਹੜਾ ਬਾਈਪਾਸ ਹੈ ਇਹ ਤਾਂ ਮੇਰੀ ਗਵਰਨਮੈਂਟ ਉਹਦੋਂ ਮੈਂ ਬਣਵਾਇਆ ਸੀ ਜਦੋਂ ਅੱਜ ਤੋਂ ਕਿੰਨੇ ਸਾਲ ਹੋ ਗਏ ਮੈਂ 2207 ਤੱਕ ਸੀਗਾ ਉਹ ਮੁੱਖ ਮੰਤਰੀ ਪਹਿਲਾ ਉਸ ਦੇ ਦੌਰਾਨ ਅਸੀਂ ਇਹ ਬਾਈਪਾਸ ਬਣਵਾਇਆ ਸੀ ਲੇਕਿਨ ਇਹ ਫਲਾਈਓਵਰ ਦੇਤੇ ਪਸੇ ਹੋਏ ਸੀ ਜਿਹੜੇ ਹੁਣ ਹੁਣ ਨੈਸ਼ਨਲ ਗਵਰਨਮੈਂਟ ਨੇ ਉਹਨਾਂ ਨੇ ਆਪਣੇ ਪੀ ਡਬਲਯੂ ਡੀ ਨੇ ਇਹ ਟੇਕਅਪ ਕੀਤਾ ਨਜੀਤ ਕੌਰ ਜੀ ਪਟਿਆਲੀਆਂ ਕਿ ਇਹ ਜਿਹੜੇ ਫੈਸਲਾ ਹੋਇਆ ਕੋਰਟ ਦਾ ਇਹਦੇ ਖਿਲਾਫ ਆਪਣੇ ਸਕੂਲ ਫੀਸ ਦਾ ਇਹ ਕਹਿੰਦੇ ਮੈਨੂੰ ਬਿਲਕੁਲ ਪਸੰਦ ਨਹੀਂ ਤੇ ਤੁਸੀਂ ਇਹਨੂੰ ਸੁਪਰੀਮ ਕੋਰਟ ਤੇ ਲੈ ਕੇ ਜਾਵਾਂਗੇ ਬੇਟਾ ਸੁਪਰੀਮ ਕੋਰਟ ਜਾਂਦੀ ਲੋੜ ਹੀ ਨਹੀਂ ਆਪਾਂ ਨੂੰ ਆਪਾਂ ਰਿਵਿਊ ਪਟੀਸ਼ਨ ਹਾਈ ਕੋਰਟ 'ਚ ਪਾ ਰਹੇ ਹਾਂ ਔਰ ਅਸੀਂ ਇਹ ਪੂਰੀ ਥੋੜੀ ਇਹਦੀ ਡਿਫੈਂਸ ਕਰਾਂਗੇ ਮੈਂ ਵੀ ਤੁਹਾਡੇ ਨਾਲ ਸਹਿਮਤ ਐ ਬਿਲਕੁਲ ਗਲਤ ਐ ਅਗਰ ਤੁਸੀਂ ਨਹੀਂ ਜਾ ਰਹੇ ਸਕੂਲ 'ਚ ਕਿਵੇਂ ਤੁਹਾਡੀ ਫੀਸ ਲਗਾ ਸਕਦੇ ਨੇ ਉਹ आई एम नॉट इन एग्रीमेंट विथ द गवर्नमेंट जेड़ा हाई कोर्ट ਦਾ ਫੈਸਲਾ ਹੈ ਔਰ ਅਸੀਂ ਵੀ ਇਸ ਨੂੰ ਟੇਕ ਅਪ ਰਿਵਿਊ ਪਟੀਸ਼ਨ ਰਹੀ ਚੱਲ ਰਹੇ ਹੈ। ਇਹ ਕਿ ਬੜੀ ਦੁਖਾ ਦੀ ਗੱਲ ਹੈ ਜੋ ਮੈਂ ਅੱਜ ਦੇਖੀ ਹੈ ਕਿ ਇੱਕ ਮਨ ਪਹਿਲੇ ਅਪ੍ਰੈਲ 2014 ਨੂੰ ਮਨਪ੍ਰੀਤ ਜੀ ਇੱਕ ਐਕਸੀਡੈਂਟ ਦੇ ਵਿੱਚ ਆ ਗਏ ਸੇ ਔਰ ਇਹ ਟਰੱਕ ਇਹਨਾਂ ਦੇ ਉੱਪਰ ਹੀ ਲੰਘ ਗਿਆ ਸੀ। राइट एनडी अखिली ਸਜੇ ਪਾਸੇ ਦੀ ਟੰਗ ਐਂਪਿਊਟੇਟ ਹੋ ਗਈ ਤੇ ਪਰਿਵਾਰ ਨੇ 40 ਤੋਂ 45 ਲੱਖ ਰੁਪਈਆ ਲਾਇਆ ਇਹਨਾਂ ਦੇ ਆਪਰੇਸ਼ਨ ਤੇ ਗਵਰਨਮੈਂਟ ਨੇ ਉਦੋਂ ਇਹ ਸਾਡੀ ਗਵਰਨਮੈਂਟ ਤੋਂ ਬਾਅਦ ਦੀ ਗੱਲ ਹੈ ਉਹਨਾਂ ਨੇ ਉਦੋਂ ਇਹਨਾਂ ਨੂੰ ਇੱਕ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਔਰ 6 ਸਾਲਾਂ ਤੋ ਕੋਈ ਗਵਰਨਟ ਹੇਡ ਵੀ ਨਹੀਂ ਇਹਨਾਂ ਨੂੰ ਮਿਲੀ ਇਨਾਂ ਨੇ ਐਮਏ ਪੰਜਾਬੀ ਕੀਤੀ ਹੈ ਪੀ ਐਡ ਕੀਤੀ ਹੈ ਐਮ ਫਿਲ ਕੀਤੀ ਹੈ ਪੰਜਾਬੀ ਤੇ ਯੂਜੀਸੀ ਐਂਡ ਚੇਅਰ ਆਫ ਕਲੀਅਰ ਨੇ ਤੇ ਉਹ ਪੁੱਛੇ ਸੀ ਕਿ ਮੇਰਾ ਕੀ ਬਣ ਸਕਦਾ ਮੈਂ ਤੁਹਾਨੂੰ ਇੱਕ ਗੱਲ ਕਹਿ ਦੇਣਾ ਜੋ ਗਵਰਨਮੈਂਟ ਨੇ ਕੀਤੀ ਹੈ ਪਹਿਲਾਂ ਉਹ ਅਕਾਲੀ ਗਵਰਨਮੈਂਟ ਸੀ ਮੈਂ ਉਹਨਾਂ ਦੇ ਬਾਰੇ ਨਹੀਂ ਕੁਝ ਕਹਿ ਸਕਦਾ ਲੇਕਿਨ ਜਿਹੜਾ ਤੁਹਾਡੇ ਨਾਲ ਹੋਇਆ ਹੈ ਔਰ ਜੋ ਕਮਿਟਮੈਂਟ ਹੋਈ ਹੈ ਤੁਹਾਡੇ ਨਾਲ ਉਹ ਪੰਜਾਬ ਗਵਰਨਮੈਂਟ ਦੀ ਕਮਿਟਮੈਂਟ ਹੈ ਔਰ ਅਸੀਂ ਪੂਰੀ ਕਰਕੇ ਦੇਵਾਂਗੇ ਤੁਹਾਨੂੰ ਦੇਵਾਂਗੇ ਅਸੀਂ ਗਿਵ ਯੂ ਆ ਜੋ। ਉਹ ਤੁਸੀਂ ਰਾਜੀ ਰਹੋ ਮੈਂ ਥਿੰਕ ਕਰ ਰਾਜੀ ਰਹੂ ਤੁਸੀਂ। ਅਮ ਇਹ ਇਹ ਮਨਪ੍ਰੀਤ ਜੀ ਮਨਪ੍ਰੀਤ ਗੋਰ ਜੀ ਫਾਜ਼ਲ ਕਾਸ ਦੇ ਸੀਗੇ। ਡਾਕਟਰ ਅਰਜੁਨ ਚਾਹਲਾ ਪਟਿਆਲੇ ਤੋਂ ਪੁੱਛਦੇ ਨੇ ਕਿ ਰਿਕਰੂਟਮੈਂਟ ਡਾਕਟਰਸ ਦੀ ਔਰ ਹੈਲਥ ਡਿਪਾਰਟਮੈਂਟ ਦੀ ਤੁਹਾਨੂੰ ਪਤਾ ਹੈ ਕਿ ਅਸੀਂ ਹੁਣ ਪਿਛਲੇ ਕੈਬਨਿਟ ਦੋ ਤਿੰਨ ਦਿਨ ਪਹਿਲਾਂ ਪਾਸ ਕੀਤਾ ਹੈ। ਨਾ ਮੇ ਡਿਪਲੋਮੈਂਟ ਵਗੈਰਾ ਹੋਏਗੀ ਕਮੇਟੀਆਂ ਬਣ ਗਿਆ ਨੇ ਔਰ ਥੋੜੀ ਕਮੇਟੀ ਦੀ ਅਨਾਉਂਸਮੈਂਟ ਬੜੀ ਜਲਦੀ ਹੋ ਜਾਣੀ ਹੈ ਕਿ ਜਿਸ ਡਾਕਟਰਸ ਵਾਸਤੇ ਸੀਨੀਅਰ ਡਾਕਟਰਸ ਵਾਸਤੇ ਪੈਰਾਮੈਡੀਕਸ ਵਾਸਤੇ ਨਰਸਿਸ ਵਾਸਤੇ ਸਭ ਕੁਝ ਔਰ ਜੋ ਜੋ ਥੋੜੀ ਕਮੇਟੀਆਂ ਨੇ ਤੁਸੀਂ ਉਹਨਾਂ ਨੂੰ ਉੱਠਣ ਨੂੰ ਬੁਲਾ ਲੈਣ ਕਿ ਆਪਣੀ ਰਿਕਰੂਟਮੈਂਟ ਡਰਾਈਵ ਜਿਹੜੀ ਹੈ ਸਾਡੇ ਸ਼ੁਰੂ ਕਿ ਸਾਡੇ ਵਾਸਤੇ ਇਹ ਬਹੁਤ ਜ਼ਰੂਰੀ ਹੈ ਇਸ ਵੇਲੇ ਵਿਦ ਕੋਵਿਡ ਐਂਡ ਕੋਰੋਨਾ ਔਰ ਇਹ ਵੀ ਨਹੀਂ ਪਤਾ ਕਿ ਕਿੰਨੀ ਦੇਰ ਚੱਲਣਾ ਹੈ ਸਾਨੂੰ ਡਾਕਟਰਸ অর ਸਾਡਾ ਹੈਲਥ ਸਟਾਫ ਸਾਨੂੰ ਦੀ ਉਹਨਾਂ ਨੂੰ ਲਾਉਣ ਦੀ ਬੜੀ ਲੋੜ ਸੀ ਪਰ ਗਵਰਨਮੈਂਟ ਹੈਸ ਟੇਕਨ ਅ ਸਪੈਸ਼ਲ ਡਿਸੀਜਨ ਇਹਦਾ ਫੈਸਲਾ ਲਿਆ ਹੈ ਕਿ ਆਪਣੇ ਡਾਕਟਰਸ অর ਪੈਰਾਮੈਡੀਕਸ ਵਗੈਰਾ ਨੂੰ ਵੀ ਇਨਕਲੂਡ ਕਰੀਏ ਨੇ ਜੀ ਮਨਿਕਰਨ ਜੀ ਸਰਦਾਨਾ ਫਿਰੋਜ਼ਪੁਰ ਤੋਂ ਅ ਪਹਿਲਾਂ ਕਹਿੰਦੇ ਨੇ ਕਿ ਚੀਨ ਦੇ ਵਿੱਚ ਬੜਾ ਹਾਲਾਤ ਟੈਂਸ ਨੇ ਪਾਕਿਸਤਾਨ ਹਰ ਵੇਲੇ ਗੜਬੜ ਕਰਨ ਦੀ ਕੋਸ਼ਿਸ਼ ਕਰਦੇ ਆਂ ਔਰ ਇਹ ਦੋਨੋਂ ਇਕੱਠੇ ਨੇ ਦੋਸਤ ਨੇ ਤੇ ਅਸੀਂ ਬਸ ਮੋਲਕ ਦਾ ਚੌਂਦੇ ਨੇ ਕੇ ਹਾਲਾਤ ਮੈਨੂੰ ਕਹਿੰਦੇ ਨੇ ਯੂ ਪ੍ਰਾਊਡ ਯੂ ਆ ਲੀਡਿੰਗ ਪੰਜਾਬ ਇਹ ਤਾਂ ਮੈਂ ਕਹਿਣਾ ਨਹੀਂ ਚਾਹੁੰਦਾ ਸੀ ਬਟ ਬੇਸਿਕਲੀ ਉਹਨਾਂ ਨੂੰ ਫਿਕਰ ਹੈ ਕਿ ਇਸ ਦਾ ਪਰ ਤੁਸੀਂ ਫਿਕਰ ਨਾ ਕਰੋ ਹਿੰਦੁਸਤਾਨ ਦੀ ਫੌਜ ਬੜੀ ਤਕੜੀ ਹੈ ਮੋਲਕ ਸਾਡੇ ਬੜਾ ਤਕੜਾ ਹੈ ਕਹੇ ਚੀਨ ਕੱਠੇ ਲੜ ਸਾਡੇ ਨਾਲ ਲੜੇ ਜਾਂ ਪਾਕਿਸਤਾਨ ਕੱਠੇ ਲੜੇ ਅੱਗ ਨਾਲ ਕੇ ਲੜਨ ਅਸੀਂ ਉਹ ਸਾਡੀ ਫੌਜ ਇਸ ਵੇਲੇ ਤੁਸੀਂ ਮੇਰਾ خیال ਕਰੇ ਕਰੇ ਪੜੋ ਨਾ ਕੋਈ ਮਿਲਟਰੀ ਜਰਨਲਸ ਵਗੈਰਾ ਤੁਸੀਂ ਦੇਖੋਗੇ ਕਿ ਅਜੇ 4 ਨੰਬਰ ਤੇ ਦੁਨੀਆ ਦੇ ਵਿੱਚ ਸਾਡੀ ਫੌਜ ਮੰਨੀ ਜਾਂਦੀ ਹੈ ਸੋ ਦਰ ਇਸ ਨਾਥਿੰਗ ਟੂ ਫੀਅਰ ਕੋਈ ਡਰ ਦਾ ਕੋਈ ਡਰ ਦੀ ਕੋਈ ਲੋੜ ਨਹੀਂ ਔਰ ਵਾਹਿਗੁਰੂ ਕਿਰਪਾ ਨਾਲ ਪੰਜਾਬ ਔਰ ਹਿੰਦੁਸਤਾਨ ਬਿਲਕੁਲ ਸੁਖੀ ਰਹੂ ਇਸ ਕਮਲਦੀਪ ਸਿੰਘ ਬੰਸਲ ਪੁੱਛਨੇ ਕਿ ਸਾਡੇ ਪੰਜਾਬ ਕੇਸਰੀ ਲਾਲਾ ਰਾਜਪੋਤ ਰਾਜ ਜੀ ਦਾ ਘਰ ਜਿਹੜਾ ਜਗਰਾਉਂ ਦੇ ਵਿੱਚ ਹੈ ਇਹਦੇ ਹਾਲਾਤ ਬੜੇ ਮਾੜੇ ਨੇ ਮੈਂ ਕਈ ਵਾਰ ਗਿਆ ਉੱਥੇ ਮੈਨੂੰ ਤਾਂ ਉਦੋਂ ਠੀਕ ਲੱਗੇ ਲੇਕਿਨ ਅਗਰ ਇਹ ਜੀ ਕੋਈ ਗੱਲ ਬਣੀ ਹੈ ਮੈਂ ਹੁਣ ਇੱਕਦਮ ਆਪਣੇ ਕਲਚਰਲ ਮਿਨਿਸਟਰ ਨੂੰ ਕਹੂੰਗਾ ਕਿ ਇਹਦਾ ਜਾ ਕੇ ਦੇਖ ਕੇ ਆਉਣ ਔਰ ਜਿਹੜਾ ਦਾ ਪ੍ਰਬੰਧ ਕਰਨਾ ਅਸੀਂ ਉਹਦੇ ਠੀਕ ਠਾਕ ਉਹ ਸੁ ਕਰਾਂਗੇ ਉਹ ਤਾਂ ਸਾਡੇ ਇੱਕ ਬਹੁਤ ਮੰਨੇ ਹੋਏ ਇੱਕ ਫਰੀਡਮ ਫਾਈਟਰ ਸੇ ਔਰ ਅਸੀਂ ਉਹਨਾਂ ਦਾ ਇਹਦੀ ਨਿਸ਼ਾਨੀਆਂ ਉਹਨੂੰ ਅਸੀਂ ਬਿਲਕੁਲ ਵਧੀਆ ਸਵਾਲ ਕਰ। ਜਸਕਰਨ ਜੀ ਕਹਿੰਦੇ ਨੇ ਕਿ ਸਾਡੇ ਸ਼ਹਿਰ ਬੜੇ ਮੈਨ ਲੁਧਿਆਣੇ ਤੋਂ ਹੈ। ਬੜਾ ਸਾਡਾ ਸ਼ਹਿਰ ਬੜੇ ਤੇਜ਼ੀ ਨਾਲ ਕਿਉਂਕਿ ਡੀਟੇਲ ਪਲੈਨਿੰਗ ਹੈ। ਮੇਰਾ ਹਰ ਹਰ ਵੱਡੀ ਸਿਟੀ ਦਾ ਸਾਡਾ ਮਾਸਟਰ ਪਲਾਨ ਬਣਿਆ ਹੋਇਆ ਹੈ। ਪੁਰਾਣੇ ਪੁਰਾਣਾ ਸਿਟੀ ਸ਼ਹਿਰ ਨੂੰ ਤਾਂ ਸਿਰਫ ਅਸੀਂ ਉਹਦੀ ਉਹਨੂੰ ਦੇਖਭਾਲ ਕਰ ਸਕਦੇ ਆ। ਲੇਕਿਨ ਜਿਹੜੀ ਅਰੇ-ਦਾਰੇ ਦੀ ਜ਼ਮੀਨ ਔਰ ਜਿਸ ਤਰੀਕੇ ਨਾਲ ਐਕਸਪੈਂਸ਼ਨ ਹੋ ਰਹੀ ਹੈ दैट इज ऑल ਅੰਡਰ ਅ ਮਾਸਟਰ ਪਲਾਨ ਔਰ ਮਾਸਟਰ ਪਲਾਨ ਦੇ ਮੁਤਾਬਿਕ ਚੱਲਣਾ ਪਊਗਾ। ਅਗਰ ਕੋਈ ਤੁਹਾਨੂੰ ਕੋਈ ਸ਼ੱਕ ਹੈ ਕਿ ਕੋਈ ਇਰੀਆ ਤੁਹਾਡਾ ਮਾਸਟਰ ਪਲਾਨ ਦੇ ਖਿਲਾਫ ਚੱਲ ਰਿਹਾ ਹੈ ਮੈਨੂੰ ਜਰੂਰ ਤੁਸੀਂ ਦੱਸੋ। ਮੈਂ ਇਹਦਾ ਵੀ ਚੈੱਕ ਇਟ ਅਪ। ਇਹਦਾ ਹਲਕਾ ਡੈਂਗਰਸੀ। ਤੁਸੀਂ ਮੈਨੂੰ ਅੱਜ ਮਨਦੀਪ ਸਿੰਘ ਜੀ ਅ ਅ ਕਰੋੜ ਤੋਂ ਰਾਜਪੁਰੇ ਤੋਂ ਲਿਖਦੇ ਨੇ ਕਿ ਮੈਂ ਮੇਰਾ ਸਰਪੰਚ ਆਇਆ ਮੇਰੇ ਘਰ 'ਚ। ਤੇ ਤੁਹਾਡਾ ਮਿਸ਼ਨ ਫਤਿਹ ਦੇ ਬਾਰੇ ਮੈਨੂੰ ਦੱਸਿਆ ਤੇ ਅਸੀਂ ਸਾਰੇ ਪਰਿਵਾਰ ਵਾਲੇ ਅਸੀਂ ਆਪਣੇ ਪਿੰਡ ਨੂੰ ਔਰ ਸਾਰੇ ਪਿੰਡ ਵਾਲੇ ਅਸੀਂ ਤੁਹਾਡੇ ਜੋ ਤੁਸੀਂ ਕਹਿ ਰਹੇ ਹੋ ਅਸੀਂ ਇਹਦੇ ਮੁਤਾਬਕ ਚੱਲਾਂਗੇ ਤਾਂ ਕਿ ਕਰੋਨਾ ਨੂੰ ਅਸੀਂ ਕਦਮ ਕਰਨੇ ਪੰਜਾਬ ਮੈਂ ਧੰਨਵਾਦੀ ਹਾਂ ਮਨਦੀਪ ਮੈਂ ਆਸ ਕਰਦਾ ਹਾਂ ਕਿ ਸਾਰਾ ਪੰਜਾਬ ਹੀ ਤੁਹਾਡੀ ਇਹ ਗੱਲ ਸੁਣੇ ਔਰ ਤੁਸੀਂ ਆਪਣੇ ਆਪਣੇ ਪਿੰਡਾਂ ਨੂੰ ਔਰ ਆਪਣੇ ਮੋਹੱਲਿਆਂ ਨੂੰ ਵਿੱਚ ਜਾ ਕੇ ਸਾਰਿਆਂ ਨੂੰ ਜਾਗਰਿਤ ਕਰੋ ਔਰ ਮਿਸ਼ਨ ਫਤਿਹ ਦਾ ਆਪਾਂ ਸਫਲ ਕਰਾਈਏ ताकि पंजाब दी ਭਵਿੱਖ ਕੋਈ ਬਣ ਸਕੇ ਔਰ ਪੰਜਾਬੀ ਬਿਲਕੁਲ ਸੁਰੱਖਿਤ ਰਹੇ ਤੁਸੀਂ ਇੱਕ ਮੈਨੂੰ ਪੁੱਛਿਆ ਕਮਲਜੀਤ ਸਿੰਘ ਮਹਿਲ ਨੇ ਲੰਬੀ ਤੋਂ ਕਿ ਤੁਸੀਂ ਕੀ ਕਿਹਾ ਸੀ ਕਿ ਬਜਟ ਸੈਸ਼ਨ ਵਿੱਚ ਕੇਵਲ ਸਟੇਟ ਦੇ ਅਸੀਂ 400 ਐਂਬੂਲੈਂਸਸ ਲਿਆਵਾਂਗੇ ਨਾ ਦੇ ਨੰਬਰ ਪੂਰੇ ਕਰਾਂਗੇ 400 ਤੋਂ ਕਿੰਨੇ ਐਂਬੂਲੈਂਸ ਹੋ ਚੁੱਕੇ ਨੇ ਪੰਜਾਬ ਕੋਲ ਥੋੜੇ ਕੋਲੇ ਸੀ ਕਿ 248 ਸਾਡੇ ਕੋਲ ਐਂਬੂਲੈਂਸ ਹੈਗੇ ਉਹਦੇ ਵਿੱਚੋਂ 60 ਐਂਬੂਲੈਂਸ ਹੁਣ ਆਰਐਨਏ 15 ਦਿਨਾਂ ਦੇ ਵਿੱਚ ਉਹ ਪਹੁੰਚ ਜਾਣਗੇ ਔਰ ਉਸ ਤੋਂ ਬਾਅਦ 40 ਹੋਰ ਅਗਲੇ ਕੁਝ ਦਿਨਾਂ 'ਚ ਉਹ ਤਾਂ 100 100 ਨਵੇਂ ਹੋ ਜਾਣਗੇ 248 ਪਹਿਲਾਂ ਤੋਂ 348 ਰਹਿ ਜਾਣਗੇ ਥੋੜੇ 50 60 ਉਹ ਅਸੀਂ ਇਸ ਸਾਲ ਦੇਖੀ ਤਾਂ ਕਿ ਇਹਨਾਂ ਨੂੰ ਪੂਰਾ ਕਰਾਂਗੇ ਇਹ ਹਰ ਨੌਜਵਾਨ ਚਾਹੁੰਦੇ ਪੰਜਾਬ 'ਚ ਇਹਨਾਂ ਦੇ ਸਰਪੰਚ ਜਿਕਰ ਸੰਧੂ ਲੋਹਾ ਖੇੜਾ ਸੰਗਰੂਰ ਤੋਂ ਇਹ ਕਹਿੰਦੇ ਨੇ ਕਿ ਮੇਰੇ ਪਿੰਡ ਦੇ ਵਿੱਚ ਕਈ ਅਸੀਂ ਫੌਜ ਦੇ ਵਿੱਚ ਔਰ ਪੁਲਿਸ ਸਰਵਿਸ ਜਾਣਾ ਚਾਹੁੰਦੇ ਆ ਲੇਕਿਨ ਪਹਿਲਾਂ ਸਟੇਡੀਅਮ ਦੀ ਸਾਨੂੰ ਲੋੜ ਹੈ ਆਪਣੀ ਹੈਲਥ ਵਗੈਰਾ ਬਣਾਉਣ ਲਈ ਤੇ ਸਾਡਾ ਜਿਹੜਾ ਨੇੜੇ ਤੋਂ ਨੇੜਾ ਸਟੇਡੀਅਮ ਹੈ ਬੜੀ ਦੂਰ ਹੈ ਇਸ ਕਰਕੇ ਮੇਰੇ ਪਿੰਡ ਵਿੱਚ ਇੱਕ ਬਣਾ ਦਿਓ ਹੁਣ ਇਹ ਮੈਂ ਚੈੱਕ ਕਰਦਾ ਕਿ ਕਿਹੜੇ ਪਿੰਡ ਦੇ ਵਿੱਚ ਬਣਾਣੇ ਲੇਕਿਨ ਮੈਂ ਤੁਹਾਨੂੰ ਇੱਕ ਇਹ ਦੱਸਦਾ ਕਿ ਜੋ ਸਾਡਾ ਫੈਸਲਾ ਹੈ ਕਿ ਇੱਕ ਬਹੁਤ ਵੱਡੇ ਸਟੇਡੀਅਮ ਪੰਜ ਸਟੇਡੀਅਮ ਬਣਾਵਾਂਗੇ ਹਰ ਬਲਾਕ ਦੇ ਵਿੱਚ ਔਰ ਪੂਰੇ ਪੰਜਾਬ ਦੇ ਵਿੱਚ ਅਸੀਂ ਇਸ ਸਾਲ 750 ਸਟੇਡੀਅਮ ਬਣਾਉਣ ਦਾ ਫੈਸਲਾ ਕੀਤਾ ਹੈ ਤੋਂ ਪੰਜ ਹਰ ਬਲਾਕ ਦੇ ਵਿੱਚ ਪੰਜ ਸਟੇਡੀਅਮ ਔਰ 750 ਹੋ ਜਾਣਗੇ ਪੂਰੇ ਪੰਜਾਬ ਦੇ ਵਿੱਚ ਇਸ ਸਾਲ ਤੋਂ ਮੈਂ ਚੈੱਕ ਕਰੂੰਗਾ ਕਿ ਤੁਹਾਡੇ ਲੋਹਾ ਖੇਡਾਂ ਦੇ ਵਿੱਚ ਤੁਹਾਡਾ ਤੁਹਾਡਾ ਪਿੰਡ ਚੁਣਿਆ ਹੈ ਜਾਂ ਪ੍ਰਧਾਨੀ ਕਿਹੜਾ ਚੁਣਿਆ ਔਰ ਤੁਹਾਨੂੰ ਦੱਸਾਂਗੇ ਜ਼ਰੂਰ ਕਿ ਕਿਹੜਾ ਕਿੱਥੇ ਤੁਹਾਡਾ ਸਟੇਡੀਅਮ ਬਣ ਰਿਹਾ ਇਹ ਸਵਾਲ ਸੇ ਤੁਹਾਡੇ ਹੱਥ ਦੇ ਔਰ ਅਗਲੇ ਹਫਤੇ ਫੇਰ ਆਪਾਂ ਮਿਲਾਂਗੇ ਫਿਰ ਗੱਲਾਂ ਕਰਾਂਗੇ ਕਈ ਗੱਲਾਂ ਨੇ ਜਿਹੜੀ ਆ ਜਾਂਦੀਆਂ ਨੇ ਹਫਤਾ ਦਾ ਬਹੁਤ ਲੰਬਾ ਸਫਾ ਹੁੰਦਾ ਸਮਾਂ ਹੁੰਦਾ ਹੈ ਔਰ ਕਈ ਗੱਲਾਂ ਉਹ ਬੜੀ ਤੇਜ਼ੀ ਨਾਲ ਹਾਲਾਤ ਬਦਲਦੇ ਰਹਿੰਦੇ ਨੇ ਤਾਂ ਜੈਸੇ ਕੋਈ ਗੱਲ ਹੋਏਗੀ ਤੁਸੀਂ ਜ਼ਰੂਰ ਲਿਖਣਾ ਮੈਨੂੰ ਔਰ ਮੈਂ ਉਹਨਾਂ ਤੁਹਾਡੇ ਨਾਲ ਜ਼ਰੂਰ ਗੱਲ ਕਰਕੇ ਕੋਸ਼ਿਸ਼ ਕਰਾਂਗਾ ਕਿ ਮੈਂ ਇਹ ਪ੍ਰੋਗਰਾਮ ਰੱਖਿਆ ਇਸ ਵਾਸਤੇ ਕਿ ਹਰ ਪੰਜਾਬੀ ਨੂੰ ਪਤਾ ਹੋਵੇ ਕਿ ਤੁਸੀਂ ਸਾਡੀ ਸਰਕਾਰ ਬਣਾਈ ਸੀ ਸਾਡੀ ਗਵਰਨਮੈਂਟ ਬਣਾਈ ਹੈ ਔਰ ਮੈਂ ਆਸ ਕਰਦਾ ਕਿ ਜਿਸ ਤਰੀਕੇ ਨਾਲ ਸਾਡੀ ਆਪਸੀ ਮੇਲ ਸੀ ਇੱਕ ਵਾਰੇ ਇੱਕ ਇੱਕ ਸਾਡੀ ਸੋਚ ਸੀ ਆਪਸੀ ਤਾਂ ਹੀ ਤੁਸ ਸਾਨੂੰ ਵੋਟਾਂ ਪਾਈਆਂ ਸੀ ਕਿ ਸਾਡੇ ਵਿੱਚ ਕੋਈ ਫਰਕ ਨਾ ਹੋਵੇ ਜੋ ਗੱਲਾਂ ਅਸੀਂ ਕਰਦੇ ਆ ਜੋ ਤੁਸ ਅਸੀਂ ਚਾਹੁੰਦੇ ਹੋ ਸਰਕਾਰ ਦੇਖੇ ਉਸ ਨੂੰ ਔਰ ਜੋ ਅਸੀਂ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ ਤੁਹਾਨੂੰ ਅਸੀਂ ਦੇਖ ਸਕਦੇ ਆ ਮੈਂ ਬਿਲਕੁਲ ਓਪਨ ਸਰਕਾਰ ਚਾਹੁੰਦਾ ਮੈਂ ਕੋਈ ਇਹ ਨਹੀਂ ਚਾਹਦਾ ਕਿ ਕਈੇ ਕੁਝ ਹੋਰ ਕਰੀਏ ਕੁਝ ਜੋ ਆਮ ਤੌਰ ਤੇ ਸਰਕਾਰਾਂ ਕਰਦੀਆਂ ਨੇ ਸਿੱਧੀ ਗੱਲ ਮੈਂ ਤੁਹਾਡੇ ਨਾਲ ਕਰਨਾ ਚਾਹੁੰਦਾ ਕਿ ਇਹਨਾਂ ਹੋ ਸਕਦਾ ਹੈ ਇਹ ਹੋ ਸਕਦਾ ਹੈ ਜਾਂ ਇਹ ਨਹੀਂ ਹੋ ਸਕਦਾ ਤਾਂ ਕਿ ਤੁਸੀਂ ਵੀ ਇਹ ਇਹ ਮਨਚ ਬਸਾਲੋ ਕਿ ਕਿੱਥੇ ਤਾਈ ਅਸੀਂ ਜਾਂਦ ਸਿੰਘ ਪੰਜਾਬ ਔਕੜਾ ਬੜੀਆਂ ਹੁੰਦੀਆਂ ਨੇ ਖਾਸ ਕਰਕੇ ਆਰਥਿਕਤਾ ਆਰਥਿਕਤਾ ਸਾਡੀ ਪੰਜਾਬ ਦੀ ਅੱਛੀ ਨਹੀਂ ਔਰ ਹੁਣ ਹੋਰ ਵੀ ਵਿਗੜੂਗੀ ਇੱਕ ਕਰੋਨਾ ਦੇ ਨਾਲ ਤੋਂ ਸਾਡੇ ਜਿੰਨੀ ਵੀ ਸਾਡੇ ਕੋਲ ਗੁੰਜਾਇਸ਼ ਹੈ ਲੌਣੀਆਂ ਪੰਜਾਬ ਦੇ ਵਾਸਤੇ ਲੌਣੀਆਂ ਤੁਹਾਡੇ ਵਾਸਤੇ ਔਰ ਲੌਣੀਆਂ ਤੁਹਾਡੀਆਂ ਜਿਹੜੀਆਂ ਤੁਹਾਡੀਆਂ ਮੰਗਾਂ ਨੇ ਇਹਨਾਂ ਵਾਸਤੇ ਤਾਂ ਕਿ ਅਸੀਂ ਤੁਹਾਡਾ ਆਪਣੇ ਪੰਜਾਬ ਨੂੰ ਰੜ ਕੇ ਅੱਗੇ ਵਧਾਈਏ ਬਹੁਤ ਤੁਹਾਡਾ ਧੰਨਵਾਦ ਧਰਮ ਰਾਹੀਂ ਸੱਚ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਸਮਰਪਿਤ ਸਬਸਕ੍ਰਾਈਬ ਕਰੋ ਸਾਡਾ ਨਵਾਂ ਚੈਨਲ ਦਾ ਖਾਲਸ ਟੀਵੀ ਧਰਮ